ਜਸਟਿਸ ਦੇਖ ਰਹੇ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਸਿਆਸੀ ਘਮਸਾਨ ਹੋਰ ਤੇਜ਼ ਹੁੰਦਾ ਜਾ ਰਿਹਾ। ਇਹ ਘਮਸਾਨ ਇਸ ਕਰਕੇ ਤੇਜ਼ ਹੁੰਦਾ ਜਾ ਰਿਹਾ ਕਿ ਆਮ ਜਨਤਾ ਦੇ ਨਾਲ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਤੋਂ, ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਆ ਕਿ ਤੁਸੀਂ ਹੁਣ ਤੱਕ ਕੀਤਾ ਕੀ ਹੈ। ਪਹਿਲਾਂ ਤੁਸੀਂ ਕਹਿੰਦੇ ਹੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਪਰ ਹੁਣ ਪੰਜਾਬ ਪੁੱਛਦਾ ਹੈ ਤੁਹਾਡੇ ਤੋਂ 3 ਸਾਲ ਵਿੱਚ ਕੀਤਾ ਕੀ। ਇਹ ਸਵਾਲ ਵਾਰ ਵਾਰ ਪੁੱਛ ਰਿਹਾ ਅਤੇ ਸਿਆਸੀ ਧਿਰਾਂ ਵੀ ਪੁੱਛ ਰਹੀਆਂ, ਪੰਜਾਬ ਦੀ ਆਵਾਮ ਵੀ ਪੁੱਛ ਰਹੀ ਹੈ। ਇਸੇ ਕਰਕੇ ਅਸੀਂ ਅੱਜ ਡਿਬੇਟ ਕਰ ਰਹੇ ਹਾਂ। 3 ਸਾਲ ਵਿੱਚ ਕੀ ਕੀਤਾ ਪੁੱਛਦਾ ਹੈ ਪੰਜਾਬ। ਜਿਹੜਾ ਮੁੱਖ ਮੰਤਰੀ ਪੰਜਾਬ ਜਾਂਦਾ ਨਹੀਂ, ਮਿਲਦਾ ਹੀ ਨਹੀਂ, ਕਿਸ ਇੰਟਰਸਟਿਡ ਹੈ? ਪਹਿਲੀ ਵਾਰ ਵੀ ਨਹੀਂ ਕੀਤਾ ਉਹਨੇ, ਕਿਤੇ ਵਿਜ਼ਿਟ ਕੀਤਾ? ਆ ਬੇਅਦਬੀ ਦੇ ਪਿੱਛੇ ਕਾਂਗਰਸ ਦਾ 100% ਹੱਥ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ 5 ਸਵਾਲ ਰੱਖੇ ਆ, ਉਹਨਾਂ ਦਾ ਜਵਾਬ ਮੰਗਿਆ। ਜਵਾਬ ਆਪਦੇ ਤਰੀਕੇ ਨਾਲ ਆ ਰਹੇ ਆ, ਪਰ ਕੈਪਟਨ ਅਮਰਿੰਦਰ ਸਿੰਘ ਨੇ 3 ਸਾਲ ਪੂਰੇ ਹੋਣ 'ਤੇ ਜਿਹੜੇ ਦਾਅਵੇ ਕੀਤੇ ਸੀਗੇ ਉਹਨਾਂ ਨਾਲ ਹੀ ਜੁੜੇ ਹੋਏ ਸਵਾਲ ਹੈ। ਪਹਿਲਾਂ ਉਹ ਸਿਲਸਿਲੇਵਾਰ ਸਾਰਾ ਕੁਝ ਸੁਣ ਲਈਏ। ਲੰਬੀ ਬਾਈਟ ਹੈ, ਲੰਬੇ ਬਿਆਨ ਆ ਦੋਨਾਂ ਦੇ, ਤੁਹਾਨੂੰ ਧਿਆਨ ਨਾਲ ਸੁਣਨੇ ਪੈਣਗੇ, ਉਸ ਤੋਂ ਬਾਅਦ ਡਿਬੇਟ ਕਰਾਂਗੇ। ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਬਰਗਾੜੀ ਔਰ ਵੈਬਲ ਕਰਾਂ 'ਤੇ, ਐਂਡ ਨਾਓ ਆਈ ਕੈਨ ਅਸ਼ੋਰ ਯੂ ਦੈਟ ਜਿਹੜਾ ਲੀਗਲ ਇੰਪੈਡੀਮੈਂਟ ਸੀ, ਜਦੋਂ ਵੀ ਕੋਈ ਗੱਲ ਹੁੰਦੀ ਸੀ ਸਾਰੇ ਭੱਜ ਜਾਂਦੇ ਸੀ ਕੋਰਟ ਦੇ ਵਿੱਚ ਔਰ ਸਟੇ ਲੈ ਲੈਂਦੇ ਸੀ। ਦੈਟ ਮੈਟਰ ਇਜ਼ ਓਵਰ, ਐਂਡ ਇਨ ਦ ਕੋਰਸ ਆਫ ਦ ਨੈਕਸਟ ਫਿਊ ਡੇਜ਼ ਯੂ ਵਿਲ ਸੀ ਮੇਜਰ ਐਕਸ਼ਨ ਬੀਂਗ ਟੇਕਨ। ਵੀ ਆਰ ਗੋਇੰਗ ਟੂ ਕਮ ਟੂ ਦ ਬੋਟਮ ਆਫ ਇਟ। ਜਿਹੜੀ ਬੇਅਦਬੀ ਕਰਦਾ ਹੈ, ਜੋ ਸਾਡੇ ਗੁਰੂਆਂ ਦੀ ਬੇਅਦਬੀ ਕਰਦਾ ਹੈ, ਔਰ ਜੋ ਜਿਸ ਤਰੀਕੇ ਨਾਲ ਇੱਥੇ ਵਰਤਾਓ ਕੀਤਾ ਗਿਆ ਔਰ ਉਹ ਬਰਗਾੜੀਆਂ, ਆਈ ਵਿਲ ਇਨਸ਼ੋਰ ਦੈਟ ਲਾਅ ਇਜ਼ ਮੈਟ ਇਨ ਫੁੱਲ ਐਂਡ ਦੇ ਵਿਲ ਹੈਵ ਟੂ ਪੇ ਦ ਕੰਸੀਕਵੈਂਸਿਸ। ਹੁਣ ਤਾਂ 3 ਸਾਲ ਹੈ, ਤੁਸੀਂ ਦੱਸੋ ਕਿਹੜਾ ਬੇਅਦਬੀ ਦਾ ਵੀ ਅਕਾਲੀ ਇਨਵੋਲਵ ਹੈ? ਅਤੇ ਹੁਣ ਤਾਂ ਆ ਜਿਹੜਾ ਬਹਿਬਲ ਕਲਾਂ ਦਾ ਤੁਹਾਡੇ ਸਾਹਮਣੇ ਕੇਸ ਆ ਗਿਆ, ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਵਾਲੇ ਜਿਹੜੇ ਬਾਰੇ ਉਹ ਕਾਂਗਰਸ ਦੇ MLA ਕਿੱਕੀ ਢਿੱਲੋਂ ਅਤੇ ਕਾਂਗੜ ਹੈ, ਹੁਣ ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਆਪ ਜਿਨ੍ਹਾਂ ਨੇ, ਜਿਸ ਪਰਿਵਾਰ ਨੇ ਜਾਨ ਵਾਰ ਦਿੱਤੀ, ਜਿਹੜੇ ਮੁੱਖ ਗਵਾਹ ਸੀ, ਮੁੱਖ ਗਵਾਹ ਜਿਹਨੂੰ ਤੁਸੀਂ ਪ੍ਰੈਸ਼ਰ ਕਰ ਰਹੇ ਹੋ ਕਿ ਤੁਸੀਂ ਪੁਲਿਸ ਦੇ ਹੱਕ 'ਚ ਗਵਾਹੀ ਦਿਓ, ਫਿਰ ਤੁਹਾਡੀ ਕ੍ਰੈਡੀਬਿਲਟੀ ਕੀ ਹੈ ਸਰਕਾਰ ਦੀ? ਔਰ ਜਿੱਥੇ ਤਾਂ ਗੈਂਗਸਟਰਸ ਨੇ, ਇੱਕ ਗੱਲ ਉਹ ਯਾਦ ਰੱਖਣ ਕਿ ਮੈਂ ਇੱਥੇ ਕੋਈ ਮਾਫੀਆ ਨਹੀਂ ਚੱਲਣ ਦੇਣੀ, ਨਾ ਚੱਲਣੀ ਹੈ ਟ੍ਰਾਂਸਪੋਰਟ ਮਾਫੀਆ, ਨਾ ਚੱਲਣੀ ਹੈ ਸੈਂਡ ਮਾਫੀਆ, ਨਾ ਚੱਲਣੀ ਹੈ ਟੈਰਰਿਸਟ ਮਾਫੀਆ, ਨਾ ਚੱਲਣੀ ਹੈ ਇਹ ਦੂਜੇ ਇਹ ਜਿਹੜੇ ਗੁੰਡਾ ਮਾਫੀਆ, ਦੇ ਵਿਲ ਬੀ ਲਿਕਰ ਮਾਫੀਆ, ਦੇ ਵਿਲ ਡੀਲ ਵਿਦ ਆਲ ਆਫ ਦਮ ਵਿਦ ਸਟਰੋਂਗ ਹੈਂਡ, ਐਂਡ ਆਈ ਕੈਨ ਅਸ਼ੋਰ ਯੂ ਦੈਟ ਵੀ ਵਿਲ ਬ੍ਰੇਕ ਦਿਸ ਨੈਕਸਸ। ਉਹਨਾਂ ਨੇ ਪਿਛਲੇ ਇਲੈਕਸ਼ਨ 3 ਮਾਫੀਆ ਦੀ ਗੱਲ ਕੀਤੀ, ਜਿਹੜੇ ਮਾਫੀਆ ਕਰਕੇ ਨਾ ਨਵਾਂ ਪ੍ਰਚਾਰ ਕੀਤਾ, ਡਰੱਗ ਮਾਫੀਆ, ਯੇ ਮਾਫੀਆ। ਪਹਿਲੀ ਗੱਲ ਡਰੱਗ ਮਾਫੀਆ ਦੀ ਗੱਲ ਕਰਦਾ ਹੈ, ਤੁਸੀਂ ਉਦੋਂ ਕਿਹਾ ਅਕਾਲੀ ਦਲ ਦੀ ਸਰਕਾਰ ਵਿੱਚ ਡਰੱਗ ਮਾਫੀਆ ਸੀ, ਕਰਦਾ ਸੀ, ਸਾਡੇ ਵਰਕਰ ਡਰੱਗ ਵੇਚਦੇ ਸੀ, ਲੀਡਰ ਡਰੱਗ ਵੇਚਦੇ ਸੀ। ਹੁਣ ਤਾਂ ਉਹਨਾਂ ਦੀ ਸਰਕਾਰ ਹੈ, 3 ਸਾਲ ਹੋ ਗਏ, ਦੱਸੋ ਕਿਹੜੇ ਅਕਾਲੀ ਲੀਡਰ ਨੇ ਡਰੱਗ ਵੇਚਿਆ, ਕਿਹੜੇ ਅਕਾਲੀ ਵਰਕਰ ਨੇ ਡਰੱਗ ਵੇਚਿਆ, ਕਿਹੜਾ ਅੰਦਰ ਕੀਤਾ ਤੁਸੀਂ? ਜਿੰਨਾ ਵੀ ਸਾਡੇ ਰਿਸੋਰਸਿਸ ਸੀ, ਅਸੀਂ 4700 ਕਰੋੜ ਰੁਪਏ ਆਪਣੇ ਕਿਸਾਨਾਂ ਨੂੰ ਦੇ ਚੁੱਕੇ ਹਾਂ, ਉਹਨਾਂ ਦੇ ਫੋਰ ਡੈਟ ਰਿਲੀਫ ਵਿਚ ਕਵਰਸ 5,62,000 ਛੋਟੇ ਕਿਸਾਨ, ਉਹਨਾਂ ਨੂੰ ਅਸੀਂ ਦੇ ਚੁੱਕੇ ਹਾਂ। ਹੁਣ ਸਾਡੇ ਸਮਾਂ ਲੈਫਟ, ਪਰਟੀਕੁਲਰਲੀ ਜਿਨ੍ਹਾਂ ਦੇ ਲੈਂਡਲੈਸ ਲੇਬਰ ਹੈ, ਉਹ ਲੈਂਡਲੈਸ ਲੇਬਰ ਨੂੰ ਅਸੀਂ ਹੁਣ ਦੇਣਾ ਚਾਹੁੰਦੇ। ਇਨਫੈਕਟ ਮੈਂ ਅੱਜ ਸ਼ੁਰੂ ਕਰਨਾ ਸੀ ਉੱਥੇ ਉਸ ਜਿਹੜਾ ਸਮਾਗਮ ਦੇ ਵਿੱਚ ਸੀ, ਨਾ ਵੀ ਵਿਲ ਦ ਮੋਮੈਂਟ ਇਹ ਗੱਲ ਸੁਧਰ ਜਾਏ ਅਤੇ ਅਸੀਂ ਕੁਝ ਪਬਲਿਕ ਰੈਲੀ ਕਰ ਸਕਦੇ ਹਾਂ, ਵੀ ਵਿਲ ਸਟਾਰਟ ਦਿਸ ਪ੍ਰੋਸੈਸ ਆਫ ਡੂਇੰਗ ਦਿਸ। ਫਿਰ ਇੱਕ ਵੱਡੀ ਗੱਲ ਕਹੀ ਸੀ ਉਹਨਾਂ ਨੇ, ਜਿਹੜੇ ਕਿਸਾਨ ਆਤਮ ਹੱਤਿਆ ਕਰ ਰਹੇ ਸੀ ਉਹਨਾਂ ਨੂੰ ਕਿਹਾ ਸੀ ਕਿ ਮੈਂ 10 ਲੱਖ ਰੁਪਇਆ ਉਹਨਾਂ ਦਊਂਗਾ ਕੈਸ਼, ਇੱਕ ਸਰਕਾਰੀ ਨੌਕਰੀ ਅਤੇ ਉਹਨਾਂ ਦਾ ਸਾਰਾ ਲੋਨ ਵੇਵਰ ਕਰਕੇ ਦਊਂਗਾ। ਕੈਪਟਨ ਸਾਹਿਬ ਦੀ ਕਮਿਟਮੈਂਟ ਸੀ ਇਲੈਕਸ਼ਨ ਦੇ ਦੌਰਾਨ, ਮੈਂ ਕੈਪਟਨ ਸਾਹਿਬ ਨੂੰ ਅਤੇ ਜਾਖੜ ਸਾਹਿਬ ਕਾਂਗਰਸ ਦੇ ਪ੍ਰੈਜੀਡੈਂਟ ਹੈ ਅਤੇ ਕਾਂਗਰਸ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ, ਇੱਕ ਵੀ ਨਾਂ ਦੇ ਦਿਓ ਪੰਜਾਬ ਦੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਸੁਸਾਈਡ ਕੀਤਾ, ਜਿਨ੍ਹਾਂ ਨੂੰ ਤੁਸੀਂ 10 ਲੱਖ ਰੁਪਏ ਦਿੱਤਾ, ਸਰਕਾਰੀ ਨੌਕਰੀ ਦਿੱਤੀ ਹੈ ਅਤੇ ਕਰਜ਼ਾ ਮਾਫ ਕੀਤਾ, ਇੱਕ ਦਾ ਨਹੀਂ ਕੀਤਾ। ਅਨਾਊਂਸ ਕਰ ਰਿਹਾ ਕਿ 1 ਲੱਖ ਨੌਕਰੀਆਂ ਅਸੀਂ ਅਗਲੇ 2 ਸਾਲਾਂ ਦੇ ਵਿੱਚ ਭਰਾਂਗੇ, ਬੋਥ ਦਿਸ ਈਅਰ ਐਂਡ ਨੈਕਸਟ ਈਅਰ ਇਨ ਦ ਗਵਰਨਮੈਂਟ ਸੈਕਟਰ। ਇਸ ਤੋਂ ਇਲਾਵਾ ਜਿਹੜੇ ਸਾਡੇ 12,17,000 ਨੌਕਰੀਆਂ ਅਸੀਂ ਦਵਾਈਆਂ ਨੇ ਐਂਡ ਇਨ ਦ ਪ੍ਰਾਈਵੇਟ ਸੈਕਟਰ ਐਂਡ ਆਲ, ਦਿਸ ਟਾਰਗੇਟ ਇਜ਼ ਨਾਓ ਗੋਇੰਗ ਇਜ਼ ਰੇਜ਼ ਟੂ 20 ਲੱਖ। ਯੂਪੀ ਦੇ ਬੱਚੇ ਵੀ ਇੱਥੋਂ ਚਿਤਕਾਰਾ ਤੋਂ ਦੇ ਪੜ੍ਹ ਕੇ ਨੌਕਰੀ ਮਿਲੀ ਹੈ, ਦਿੱਲੀ ਵਾਲੇ ਨੂੰ ਜੇ ਇੱਥੇ ਪੜ੍ਹੇ ਸੀ ਮਿਲੀ ਹੈ, ਤੋ ਕੈਪਟਨ ਸਾਹਿਬ ਨੇ ਪੂਰੇ ਦੇਸ਼ 'ਚ ਨੌਕਰੀ ਦਿੱਤੀ, ਬੜੇ ਵਧਾਈ ਦੇਣੀ ਚਾਹੀਦੀ ਕੈਪਟਨ ਸਾਹਿਬ ਨੂੰ, ਫਿਰ ਤਾਂ ਪ੍ਰਾਈਮ ਮਿਨਿਸਟਰ ਬਣਨਾ ਚਾਹੀਦਾ ਇਹ ਜਿਹੀ ਨੌਕਰੀ ਦੇ ਰਿਹਾ।
ਤੇ ਹੁਣ ਕਹਿੰਦੇ ਆ ਮੈਂ ਅੱਗੇ ਇੱਕ ਲੱਖ ਨੌਕਰੀ ਅਗਲੇ ਇੱਕ ਦੋ ਸਾਲਾਂ ਦਊਂਗਾ। 50 ਲੱਖ ਤੋਂ ਇੱਕ ਸਾਲ 1 ਲੱਖ ਤੇ ਤਾਂ ਆ ਗਏ, ਇਹਦੇ ਥੱਲੇ ਇੱਕ ਹੁਣ ਉਹ ਵੀ 2 ਸਾਲ ਬਾਅਦ ਕਹਿਣਗੇ ਕਿ ਹੁਣ ਅਗਲੇ 5 ਸਾਲ ਦੇ ਦਿਓ, ਐਕਟੀ ਦਾ ਕੁਛ ਨਹੀਂ ਹੋਇਆ, ਫਿਰ ਅਗਲੇ ਦੇਵੋਗੇ। ਇਹਨੇ ਡੱਕਾ ਨਹੀਂ ਤੋੜਨਾ, ਨਾ ਦੇਣਾ ਨਾ ਕਰਨਾ। ਪਿਛਲੀ ਵਾਰ ਅਸੀਂ ਮੈਨੀਫੈਸਟੋ ਜੋ ਰੱਖੀ ਸੀ, ਜੋ ਸਾਡੇ ਪਾਰਟੀ ਦਾ ਪ੍ਰੋਗਰਾਮ ਸੀ ਕਿ ਅਗਰ ਲੋਕ ਸਾਨੂੰ ਵੋਟ ਪਾ ਕੇ ਭੇਜਣ ਤੇ ਅਸੀਂ ਇਹ ਪ੍ਰਾਪਤੀਆਂ ਕਰਾਂਗੇ, ਉਹ 424 ਆਈਟਮ ਸੀ ਸਾਡੇ ਜਿਹੜੇ ਅਸੀਂ ਲੋਕਾਂ ਦੇ ਸਾਹਮਣੇ ਰੱਖੇ ਸੀ, ਜਿਹਦੇ ਕਰਕੇ ਸਾਨੂੰ ਉਹਨਾਂ ਨੇ ਵੋਟਾਂ ਪਾਈ। ਉਹਨਾਂ ਦੇ ਵਿੱਚੋਂ 225 ਅਸੀਂ ਕੰਪਲੀਟ ਕਰ ਚੁੱਕੇ ਹਾਂ, 96 ਪਾਰਸ਼ਲੀ ਇੰਪਲੀਮੈਂਟਡ ਨੇ, ਉਹ ਕੰਮ ਚੱਲ ਰਿਹਾ ਇਸ ਵੇਲੇ, ਔਰ 103 ਅਸੀਂ ਅਗਲੇ 2 ਸਾਲਾਂ ਦੇ ਵਿੱਚ ਇਹਨਾਂ ਨੂੰ ਪੂਰਾ ਕਰਾਂਗੇ। ਪ੍ਰੈਸ ਕਾਨਫਰੰਸ ਕਹਿ ਰਹੇ ਹੈ ਕਿ 424 ਸਾਡੇ ਮੈਨੀਫੈਸਟੋ ਆ, ਉਹਨਾਂ ਦਾ ਮੈਨੀਫੈਸਟੋ ਹੈ, ਐਡੀ ਮੋਟੀ ਕਿਤਾਬ ਛਾਪੀ ਕਿ 424 ਕਮਿਟਮੈਂਟਸ ਅਸੀਂ ਕੀਤੀਆਂ, 424 ਵਾਅਦੇ ਕੀਤੇ ਸੀ, 225 ਪੂਰੇ ਕਰਤੇ, 103 ਜਿਹੜੇ ਪੈਂਡਿੰਗ ਹੈ ਤੇ 93 ਸ਼ੁਰੂ ਅੱਧੇ ਮਿੱਟੇ ਕੀਤੇ ਆ। ਪਰ ਅਫਸੋਸ ਦੀ ਗੱਲ ਹੈ ਤੇ ਹੈਰਾਨੀ ਦੀ ਗੱਲ ਹੈ, 424 ਵਿੱਚੋਂ ਇੱਕ ਦਾ ਨਾਂ ਨਹੀਂ ਲਿੱਤਾ ਜਿਹੜਾ ਪੂਰਾ ਕੀਤਾ। ਜਿਹੜੇ ਪੈਂਡਿੰਗ ਹੈ, ਪੈਂਡਿੰਗ ਦਾ ਕੋਈ ਨਹੀਂ ਐਗਜ਼ਾਮਪਲ ਦਿੱਤਾ, ਜਿਹੜੇ ਕਮਿਸ਼ਨ ਪੂਰੀ ਕਰਨੀ ਐਗਜ਼ਾਮਪਲ ਕੋਈ ਨਹੀਂ। ਵੱਡਾ ਸਵਾਲ ਇੱਕੋ ਪੁੱਛਿਆ ਗਿਆ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਸਾਬਕਾ ਉਪ ਮੁੱਖ ਮੰਤਰੀ ਦੇ ਸਵਾਲਾਂ ਦਾ ਮੌਜੂਦਾ ਮੁੱਖ ਮੰਤਰੀ ਕੋਲੇ ਕੀ ਹੈ ਜਵਾਬ। ਇਸ ਸਵਾਲ ਤੇ ਬਹਿਸ ਕਰਾਂਗੇ, ਪਹਿਲਾਂ ਸਾਡਾ ਮੌਜੂਦ ਹੈਗਾ ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਪ੍ਰਸਮਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰਸਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀਤ ਸਿੰਘ ਮਾਂਗੜ ਕਾਂਗਰਸ ਦੇ ਬੁਲਾ ਰਿਹਾ, ਗੁਰਵਿੰਦਰ ਸਿੰਘ ਬਾਲੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਨੀਲ ਗਰਗ ਸਾਹਿਬ ਆਮ ਆਦਮੀ ਪਾਰਟੀ ਬੁਲਾ ਰਿਹਾ, ਸਾਰੇ ਮੈਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਅਤੇ ਮਾਂਗੜ ਸਾਹਿਬ ਕੀ ਜਵਾਬ ਦੇਵੋਗੇ ਸਾਬਕਾ ਉਪ ਮੁੱਖ ਮੰਤਰੀ ਦਾ? ਉਹ ਤਾਂ ਤੁਹਾਨੂੰ ਹੁੱਬ ਹੁੱਬ ਕੇ ਕਹਿ ਰਿਹਾ, ਕਰ ਲਓ ਜੋ ਕਰਨਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਉਹਨਾਂ ਦਾ ਅਧਿਕਾਰ ਹੈਗਾ, ਉਹ ਉਹਨਾਂ ਨੂੰ ਕੁਛ ਵੀ ਕਹਿ ਸਕਦੇ ਆ ਜੀ, ਮਤਲਬ ਆਪੋਜੀਸ਼ਨ ਕੁਛ ਵੀ ਕਿਵੇਂ ਕਹਿ ਸਕਦੇ ਆ? ਉਹ ਫੈਕਟ ਦੇ ਰਹੇ ਆ, ਅੱਗੇ ਫੈਕਟ ਦੇ ਰਹੇ ਆ, ਫੈਕਟ ਹੀ ਫੈਕਟ ਤੇ ਹੀ ਗੱਲ ਕਰ ਰਹੇ ਆ। ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਫੈਕਟ ਹੀ ਦਿੱਤੇ ਸੀਗੇ, ਠੀਕ ਹੈ ਜੀ। ਤੇ ਗੱਲ ਇਹ ਹੈ ਵੀ ਇਹਨਾਂ ਨੇ ਸਾਡੀ ਸਰਕਾਰ ਤੇ ਤਾਂ ਬਹੁਤ ਛੇਤੀ ਸਵਾਲ ਪੁੱਛ ਲਏ, ਪਰ ਇਹ ਹੀ ਦੱਸ ਦੇਣ ਕਿ 10 ਸਾਲ ਇਹਨਾਂ ਨੇ ਜਿਹੜਾ ਰਾਜ ਕੀਤਾ, 10 ਸਾਲ ਤੇ ਚੱਲ ਗਿਆ ਆਪਾਂ, ਇਹਨਾਂ ਨੇ ਆਪਦੇ ਮੈਨੀਫੈਸਟੋ। ਮੈਂ ਇੱਕ ਸਿੱਧਾ ਸਿੱਧਾ ਸਵਾਲ ਕਰਦਾ, ਜਿਹੜੇ ਲੋਕਾਂ ਨੂੰ ਸਮਝਾਉਂਦਾ, ਸਾਡੇ ਦਰਸ਼ਕਾਂ ਨੂੰ ਸਮਝਾਉਂਦਾ, ਬਾਦਲਾਂ ਅੱਗੇ ਬੇਬਸ ਹੋ ਤੁਸੀਂ? ਕਿਉਂ ਜੀ, ਕਿਉਂ ਬੇਬਸ? ਪੰਜਾਬ ਅੱਗੇ ਬੇਬਸ ਹੋ, ਕਿਉਂ ਬੇਬਸ ਹੈ? ਕਿਹਦੇ ਅੱਗੇ ਬੇਬਸ ਹੋ ਤੁਸੀਂ? ਅਸੀਂ ਕਰ ਰਹੇ ਹਾਂ ਜੀ, ਅਸੀਂ ਕਰ ਰਹੇ ਹਾਂ। ਇੱਕ ਦੇਖੋ, ਇੱਕ ਰਜੀਮ ਨੇ ਪੰਜਾਬ ਦਾ ਬੁਰਾ ਹਾਲ ਕਰਕੇ ਪੰਜਾਬ ਨੂੰ 10 ਸਾਲ ਰਾਜ ਕਰਕੇ 20 ਸਾਲ ਪਿੱਛੇ ਲੈ ਗਏ, ਤੇ ਓਵਰਨਾਈਟ ਤਾਂ ਨਹੀਂ ਕੁਛ। ਕਿੰਨੇ ਸਾਲ ਹੋਰ ਲੱਗਣਗੇ? ਤੇ ਕੇਪੀ ਜੀ ਅਸੀਂ ਕਰ ਰਹੇ ਹਾਂ ਜੀ, ਅਸੀਂ ਕਰ ਰਹੇ ਹਾਂ। ਗਰਿੰਦਰ ਬਾਲੀ, ਤੁਹਾਡਾ ਹੌਸਲਾ ਰੱਖੋ ਨਾ, ਤੁਸੀਂ 10 ਸਾਲ ਰਾਜ ਕੀਤਾ, ਪੰਜਾਬ ਨੂੰ ਲੁੱਟਿਆ ਕੁੱਟਿਆ, ਤੁਸੀਂ ਇਹ ਸਭ ਕੁਛ ਕਹਿ ਰਹੇ ਆ, ਇਹਨਾਂ ਨੂੰ ਵੀ ਵਕਤ ਦਿਓ ਨਾ, ਇਹਨਾਂ ਨੂੰ ਵੀ 10 ਸਾਲ ਦੇ ਦਿਓ। ਨਹੀਂ, 10 ਸਾਲ ਅਸੀਂ 5 ਸਾਲਾਂ 'ਚ ਕਰਕੇ ਦਿਖਾਵਾਂਗੇ। 5 ਸਾਲ ਚ ਕਰ ਦੋਗੇ? ਬਾਲੀ ਸਾਹਿਬ, ਇਹਨਾਂ ਨੂੰ ਵਕਤ ਦਿਓ ਹੋਰ। ਦੇਖੋ ਸਰ, ਗੱਲ ਹੈਗੀ ਅਸੀਂ ਕੌਣ ਵਕਤ ਦੇਣਾ, ਵਕਤ ਤਾਂ ਦੇਣਾ ਲੋਕਾਂ ਨੇ, ਤੇ ਲੋਕਾਂ ਦੇ ਅੰਦਰ ਇਹਨਾਂ ਦੇ ਪਰਦੇ ਫਾਸ਼ ਹੋ ਗਏ ਵੀ ਇਹਨਾਂ ਨੇ ਕੀ ਕਰਨਾ ਹੈ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਕੀ ਕਹਿ ਰਹੇ ਨੇ ਤੁਹਾਡੇ ਸਾਹਮਣੇ, ਹਰ ਗੱਲ ਤੋਂ ਮੁਕਰ ਗਏ ਨੇ, ਹਰ ਗੱਲ ਤੋਂ। ਕੋਈ ਇੱਕ ਗੱਲ ਹੋਵੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਕਹੀ ਹੋਵੇ, ਔਰ ਆਪਣੀ ਪ੍ਰੈਸ ਕਾਨਫਰੰਸ ਵਿਦ ਪ੍ਰੈਸ ਕਾਨਫਰੰਸ ਕਾਹਦੀ ਸੀ? ਵਿਧਾਨ ਸਭਾ ਸੀ ਉਹ ਤਾਂ, ਜੋ ਕਿ ਵਿਧਾਨ ਸਭਾ ਜਿਵੇਂ ਜੇ ਮੁੱਦੇ ਨਹੀਂ ਰੱਖੇ ਇਹਨਾਂ ਨੇ। ਆਹ ਮੇਰੇ ਕੋਲ 42 ਮੁੱਦੇ ਨੇ, 42 ਮੁੱਦੇ। ਅਗਰ ਤੁਸੀਂ ਮੈਨੂੰ ਟਾਈਮ ਦਿਓ ਤੇ ਮੈਂ 8 ਤੋਂ 7 ਮੁੱਦੇ ਗਿਣਾ ਦਿਆਂ ਕਿ ਜਿਹੜੇ ਇਹ ਅੱਜ ਕਹਿੰਦੇ ਨੇ ਕਿ ਦੇਖੋ, ਪਹਿਲਾ ਜਿਹੜਾ ਇਹਨਾਂ ਦਾ ਮੁੱਦਾ ਸੀ ਉਹ ਗੁਟਕਾ ਸਾਹਿਬ ਮਹਾਰਾਜ ਪਿਤਾ ਪਰਮੇਸ਼ਰ ਦਾ ਇਹਨਾਂ ਨੇ ਕਸਮ ਖਾਧੀ ਸੀ ਮੈਂ 4 ਹਫ਼ਤਿਆਂ 'ਚ ਖਤਮ ਕਰ ਦਿਆਂਗਾ, ਅੱਜ 3 ਸਾਲ ਹੋ ਗਏ ਇਹਨਾਂ ਨੇ ਕੁਛ ਨਹੀਂ ਕੀਤਾ। ਟੀਚਰਾਂ ਦਾ ਇਹਨਾਂ ਨੇ 45,000 ਤੋਂ 1500 ਰੁਪਈਏ ਕਰਤੀ, ਤੇ ਦੂਸਰੀ ਨਰਸਾਂ ਦਾ ਇਹਨਾਂ ਨੇ ਰਜਿੰਦਰਾ ਹਸਪੀਟਲ ਦੇ ਵਿੱਚ ਕੀ ਹੋਇਆ, ਚੌਥਾ ਗੰਨਾ ਕਿਸਾਨਾਂ ਦਾ ਕੀ ਹੋਇਆ, 400 ਕਰੋੜ ਰੁਪਏ ਦਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਰਾਂਗੇ। ਉਸ ਤੋਂ ਬਾਅਦ ਇਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਅਸੀਂ 90,000 ਕਰੋੜ ਰੁਪਈਆ ਛੱਡਾਂਗੇ ਕਿਸਾਨਾਂ ਦੇ ਬਾਰੇ। ਅੱਜ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਹਿੰਦੇ ਨੇ ਮੈਂ 4700 ਕਰੋੜ ਰੁਪਈਆ ਛੱਡਿਆ ਹੈਗਾ। ਦੱਸੋ ਤੁਸੀਂ 2500 ਬੇਰੁਜ਼ਗਾਰ ਭੱਤਾ ਜਿਹੜਾ ਇਹਨਾਂ ਨੇ ਕਿਹਾ ਸੀ ਅਸੀਂ ਦਿਆਂਗੇ, ਅੱਜ ਤੱਕ ਇਹਨਾਂ ਨੇ ਨਹੀਂ ਦਿੱਤਾ। 50 ਲੱਖ ਨੌਕਰੀ ਇਹਨਾਂ ਨੇ ਵਾਅਦਾ ਕੀਤਾ ਸੀ ਜਿਹਦੇ 'ਚੋਂ ਇਹਨਾਂ ਨੇ ਲੋਕਾਂ ਕੋਲੋਂ ਫਾਰਮ ਵੀ ਭਰਾਏ ਸੀ, ਇਹੀ ਅਮਰਿੰਦਰ ਸਿੰਘ ਸਾਹਿਬ ਕਹਿੰਦੇ ਸੀ, ਤੇ ਅੱਜ ਕਹਿੰਦੇ ਨੇ ਮੈਂ 1 ਲੱਖ ਨੌਕਰੀ ਦਿਆਂਗਾ। ਇਹ 80 ਸਾਲ ਦੇ ਬਜ਼ੁਰਗ ਨੇ ਜਿਹੜੇ ਇਹੋ ਜਿਹੀ ਗੱਲ ਕਰ ਰਹੇ ਨੇ ਕਿ 80 ਸਾਲ ਦਾ ਬਜ਼ੁਰਗ ਜੇ ਕਹਿਣ ਤੋਂ ਪਹਿਲਾਂ ਇਹ ਸੋਚੇ ਕਿ ਮੇਰੇ ਮੈਨੀਫੈਸਟੋ 'ਚ ਕੀ ਹੈ। ਸਰ, 50 ਲੱਖ ਨੌਕਰੀ ਕਿਹਾ ਸੀ, ਸਰ 1 ਸੈਕਿੰਡ, 50 ਲੱਖ ਨੌਕਰੀ ਤੁਹਾਨੂੰ ਵੀ ਪਤਾ ਵੇ, ਅੱਜ ਕੀ ਕਹਿ ਰਹੇ ਨੇ, ਮੈਂ 1 ਲੱਖ ਨੌਕਰੀ ਦਿਆਂਗਾ। ਆਹ ਤੁਹਾਡੇ ਸਾਹਮਣੇ ਵਿਧਵਾ ਪੈਨਸ਼ਨ, ਬਿਰਧ ਪੈਨਸ਼ਨ, ਜਿਹੜੇ ਕਿ ਬਜ਼ੁਰਗ ਆਦਮੀ ਨੂੰ ਪੈਸੇ ਦੀ ਜ਼ਿਆਦਾ ਲੋੜ ਹੁੰਦੀ ਹੈ, ਦਵਾਈ ਦੀ ਜ਼ਿਆਦਾ ਲੋੜ ਹੁੰਦੀ ਹੈ, ਉਹ ਵੀ ਅੱਜ ਤੱਕ ਇਹਨਾਂ ਨੇ ਰਿਲੀਜ਼ ਨਹੀਂ ਕੀਤੀ ਹੈਗੀ, ਜਿਹੜੀਆਂ ਇਹ ਖਾਸ ਚੀਜ਼ਾਂ ਸਨ ਜਿਹੜੀਆਂ ਹੈਗੀਆਂ ਨੇ। ਉਸ ਤੋਂ ਬਾਅਦ ਤੁਸੀਂ ਇਹ ਦੇਖੋ, ਆਤਮ ਹੱਤਿਆ
ਜਿਹੜਾ ਸੁਖਬੀਰ ਸਿੰਘ ਬਾਦਲ ਜੀ ਨਹੀਂ ਹੁੰਦੇ ਨੇ ਕਹੀਏ ਕਿ ਅਸੀਂ 10 ਲੱਖ ਰੁਪਇਆ ਦਿਆਂਗੇ, ਇੱਕ ਨੌਕਰੀ ਦਿਆਂਗੇ, ਔਰ ਜਿਹੜੀ ਵਿਧਵਾ ਪੈਨਸ਼ਨ ਜਿਹੜੀ ਕਿਸਾਨ ਦੀ ਘਰ ਵਾਲੀ ਹੋਏਗੀ ਉਹਨੂੰ ਅਸੀਂ ਮੈਡੀਕਲ ਸੁਵਿਧਾ ਵੀ ਦਿਆਂਗੇ, ਉਹ ਅੱਜ ਤੱਕ ਇਹਨਾਂ ਨੇ ਦਿੱਤੀ। ਜਿਹੜੀ ਸਰਦੀਆਂ ਦੀਆਂ ਵਰਦੀਆਂ ਸੀ ਉਹ ਗਰਮੀਆਂ 'ਚ ਦਿੱਤੀਆਂ, ਤੇ ਜਿਹੜੀ ਗਰਮੀਆਂ ਦੀਆਂ ਵਰਦੀਆਂ ਸੀ ਬੱਚਿਆਂ ਵਾਸਤੇ ਉਹ ਸਰਦੀਆਂ 'ਚ ਇਹਨਾਂ ਨੇ। 700 ਸਕੂਲ, ਮੈਂ ਤੁਹਾਨੂੰ ਪਹਿਲੇ ਕਿਹਾ ਸਰ, 700 ਸਕੂਲ ਇਹਨਾਂ ਨੇ ਬੰਦ ਕਰਤੇ, ਔਰ ਇਹ ਕਹਿੰਦੇ 5500 ਅਸੀਂ ਸਮਾਰਟ। ਚਲੋ ਇੰਨੀ ਕਿ ਮੇਰੇ ਕੋਲ ਜੇ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡਾ ਆਰਗੂਮੈਂਟ ਹੋਰ ਪੂਰੀ ਲਿਸਟ, ਠੀਕ ਹੈ, ਮੈਂ ਤੁਹਾਡਾ ਆਰਗੂਮੈਂਟ ਲੈ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਸਿਆਸੀ ਬਦਲਾਅ ਨਾਲ ਸੂਬਿਆਂ ਨੂੰ ਕੋਈ ਫਰਕ ਪਿਆ ਜਾਂ ਸਿਰਫ ਇਹ ਸੱਤਾ ਤੇ ਕਾਬਜ਼ ਆ ਜਿਹੜੇ ਸੱਤਾ ਤੋਂ ਹਟ ਕੇ ਸਿਰਫ ਉਹਨਾਂ ਨੂੰ ਫਰਕ ਪਿਆ, ਜਾਂ ਪੰਜਾਬ ਨੂੰ ਕੋਈ ਫਰਕ ਪਿਆ ਜਾਂ ਪੈਣਾ ਚਾਹੀਦਾ ਸੀ ਜਾਂ ਨਹੀਂ ਪੈਣਾ ਚਾਹੀਦਾ ਸੀ, ਸਵਾਲ ਇਹ ਹੈਗਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਵਾਲ ਪੁੱਛੂਗਾ ਜ਼ਰੂਰ, 3 ਸਾਲ 'ਚ ਕੀ ਕੀਤਾ ਪੁੱਛਦਾ ਹੈ ਪੰਜਾਬ। ਸਵਾਲ ਇੱਕੋ ਪੁੱਛ ਰਹੇ, ਬੜਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ, ਸਾਬਕਾ ਉਪ ਮੁੱਖ ਮੰਤਰੀ ਦੇ ਸਵਾਲਾਂ ਦਾ ਮੌਜੂਦਾ ਮੁੱਖ ਮੰਤਰੀ ਕੋਲ ਕੀ ਹੈ ਜਵਾਬ? ਨੀਲਗਰੋ ਸਾਹਿਬ, ਤੁਸੀਂ ਦੋਨਾਂ ਦੇ ਆਰਗੂਮੈਂਟ ਵੀ ਸੁਣ ਲਿਓ, ਤੁਸੀਂ ਵੀ ਸਰਕਾਰ 'ਤੇ ਸਵਾਲ ਚੁੱਕਦੇ ਪਏ ਹੋ। ਮੈਨੂੰ ਇੱਕ ਚੀਜ਼ ਸਮਝਾ ਦਿਓ ਨੀਲਗਰ ਸਾਹਿਬ, ਆਮ ਆਦਮੀ ਪਾਰਟੀ ਦਾ ਕਿਹੜਾ ਸਵਾਲ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ? ਦੇਖੋ, ਜਿਹੜਾ ਹੁਣ ਕੈਪਟਨ ਸਾਹਿਬ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ, ਰਿਪੋਰਟ ਕਾਰਡ ਨਹੀਂ ਉਹ ਗਪੋਰਟ ਕਾਰਡ ਹੈਗਾ। ਇਨਫੈਕਟ ਉਹ ਕਹਿ ਰਿਹਾ ਕਿ 424 ਦੇ ਵਿੱਚੋਂ ਮੈਂ 225 ਵਾਅਦੇ ਪੂਰੇ ਕਰਤੇ ਸੀ। ਜਦੋਂ ਗੱਲਾਂ ਦਾ ਕੜਾ ਬਣਾਉਣ ਹੀ ਲੱਗੇ ਸੀ ਤੇ 424 ਦੇ 424 ਕਹਿਣ ਦੇ, ਕਿਉਂਕਿ ਜੇ ਕੁਝ ਕੀਤਾ ਹੋਵੇ ਤਾਂ ਧਰਾਤਲ ਤੇ ਪਤਾ ਲੱਗੇ। ਤੁਸੀਂ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਉਹਨਾਂ ਨੂੰ ਗਪੋਰਟ ਕਹਿੰਦੇ ਰਹੇ, ਇਹਨਾਂ ਨੂੰ ਗਪੋਰਟ ਕਹਿੰਦੇ ਰਹੇ ਹੋ ਤੁਸੀਂ? ਹਾਂ, ਉਹਦੇ ਪਿੱਛੇ ਕਾਰਨ ਹੈਗਾ, ਮੈਂ ਉਸੇ 'ਤੇ ਆ ਰਿਹਾ। ਉਹਦੇ ਪਿੱਛੇ ਰੀਜ਼ਨ ਹੈਗਾ ਕਿ ਖਾਸ ਕਰਕੇ ਜਦੋਂ ਮੈਂ 21ਵੀਂ ਸਦੀ ਦੀ ਗੱਲ ਕਰਦਾ, 21ਵੀਂ ਸਦੀ ਦੇ ਪੰਜਾਬ ਦਾ ਦੁਖਾਂਤ ਇਹ ਰਿਹਾ ਹੈਗਾ ਕਿ ਇੱਥੇ ਜਿਹੜੀ ਸਾਡੀ ਜਿਹੜੀ ਕਿ ਵਾਗਡੋਰ ਰਹੀ, ਉਹਨਾਂ ਯਾਨੀ ਕਿ ਨਿਹਾਇਤ ਹੀ ਨਕੰਮੇ ਅਤੇ ਗੈਰ ਪੇਸ਼ੇਵਰ ਜਿਹੜੇ ਹੈਗੇ ਲੀਡਰਾਂ ਦੇ ਹੱਥ ਰਹੀ, ਜਿਹਦਾ ਅੱਜ ਨਤੀਜਾ ਇਹ ਨਿਕਲਿਆ, ਅੱਜ ਪੰਜਾਬ ਆਰਥਿਕ ਅਤੇ ਸਮਾਜਿਕ ਮੰਦਹਾਲੀ ਦੇ ਬੂਹੇ 'ਤੇ ਖੜ੍ਹਾ। ਤੁਹਾਨੂੰ ਯਾਦ ਹੋਏਗਾ, ਇਹ ਛੱਡ ਦਿਓ 424 ਵਾਅਦੇ, ਜਦੋਂ ਇਹ 2017 ਦੇ ਵਿੱਚ ਇਲੈਕਸ਼ਨ ਹੋਈ ਸੀ, ਉਹ ਮੋਟੇ ਤੌਰ 'ਤੇ ਤੁਸੀਂ ਅੱਜ 5 ਕੁਐਸਚਨਾਂ ਦੀ ਗੱਲ ਕਰ ਰਹੇ ਹੋ, ਮੋਟੇ ਤੌਰ 'ਤੇ 5 ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਉਹ ਇਲੈਕਸ਼ਨ ਲੜਿਆ ਗਿਆ ਸੀ। ਪਹਿਲਾ ਸਭ ਤੋਂ ਵੱਡਾ ਉਸ ਵਕਤ ਮੁੱਦਾ ਹੈਗਾ ਸੀ ਨਸ਼ਿਆਂ ਦਾ, ਪੰਜਾਬ ਦੀ ਜਵਾਨੀ ਖਤਮ ਹੋ ਰਹੀ ਸੀ ਨਸ਼ਿਆਂ ਦੇ ਉੱਤੇ। ਦੂਸਰਾ ਮੁੱਦਾ ਹੈਗਾ ਸੀ ਕਿਸਾਨ, ਜਿਹੜੀ ਆਰਥਿਕ ਹਾਲਤ ਬਹੁਤ ਮਾੜੀ ਸੀ, ਖੁਦਕੁਸ਼ੀਆਂ ਹੋ ਰਹੀਆਂ ਸੀ। ਅਕਾਲੀ ਦਲ ਵੇਲੇ ਇਹਨਾਂ ਦੇ ਜਥੇਦਾਰ ਤੋਤਾ ਸਿੰਘ ਦੀ ਰਹਿਨੁਮਾਈ ਹੇਠ ਜਿਹੜੀਆਂ ਨਕਲੀ ਦਵਾਈਆਂ ਦਿੱਤੀਆਂ ਗਈਆਂ, ਉਹਨੇ ਜਿਹੜੀਆਂ ਖੁਦਕੁਸ਼ੀਆਂ ਦੇ ਵਿੱਚ ਹੋਰ ਵਾਧਾ ਕੀਤਾ। ਤੀਸਰੇ ਦਾ ਜਿਹੜਾ ਹੈਗਾ ਮਾਫੀਆ, ਚਾਹੇ ਉਹ ਟਰਾਂਸਪੋਰਟ ਮਾਫੀਆ ਸੀ, ਰੇਤਾ ਬਜਰੀ ਮਾਫੀਆ ਸੀ, ਲੈਂਡ ਮਾਫੀਆ ਸੀ, ਸੈਂਡ ਮਾਫੀਆ ਸੀ, ਇਸ ਤਰ੍ਹਾਂ ਦਾ ਮਾਫੀਆ। ਚੌਥਾ ਜਿਹੜਾ ਹੈਗਾ ਇੱਕ ਪ੍ਰਾਇਮਰਲੀ ਹੈਗਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੋਣਾ। ਔਰ ਪੰਜਵਾਂ ਜਿਹੜਾ ਸਭ ਤੋਂ ਵੱਧ ਜਿਹਦੇ ਵਾਸਤੇ ਕਿਹਨੇ ਘਰ ਘਰ ਰੁਜ਼ਗਾਰ ਦੀ ਗੱਲ ਕੀਤੀ ਸੀ, ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਬੇਰੁਜ਼ਗਾਰੀ। ਅੱਜ ਪੰਜੋ ਦੀ ਪੰਜੇ ਜਿਹੜੇ ਮੁੱਦੇ ਹੈਗੇ ਆ, ਜਿਸ ਤਰੀਕੇ ਨਾਲ ਉਹ 10 ਸਾਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੈਗੇ ਸੀ, ਅੱਜ 3 ਸਾਲ ਬੀਤਣ ਤੋਂ ਬਾਅਦ ਉਹੀ ਮੁੱਦੇ ਲੋਕਾਂ ਦੇ ਸਾਹਮਣੇ ਖੜੇ ਆ। ਇਹ ਸਿਰਫ ਅਤੇ ਸਿਰਫ ਵਾਰ ਪ੍ਰਤੀਵਾਰ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਲੋਕ ਹੁਣ ਬੇਵਕੂਫ਼ ਨਹੀਂ ਬਣਦੇ। ਗੱਲ ਤੁਸੀਂ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਕਿ ਤੁਸੀਂ ਬਾਦਲਾਂ ਦੇ ਅੱਗੇ ਬੇਵਸ ਹੋ, ਇਹ ਬੇਵਸ ਨਹੀਂ ਹੈਗੇ ਬਾਦਲਾਂ ਦੇ ਅੱਗੇ, ਪੰਜਾਬ ਬੇਵਸ ਹੈ ਇਹਨਾਂ ਦੋਨਾਂ ਦੇ ਅੱਗੇ, ਕਿਉਂਕਿ ਇਹ ਜਾਂ ਤਾਂ ਹੁਣ ਕੈਪਟਨ ਸਾਹਿਬ ਪੰਜਾਬ ਦੇ ਨਾਲ ਵਫਾ ਕਮਾ ਲੈਣ ਅਤੇ ਜਾਂ ਫਿਰ ਬਾਦਲਾਂ ਨਾਲ ਯਾਰੀ ਪਗਾ ਲੈਣ। ਠੀਕ ਹੈ, ਠੀਕ ਹੈ, ਗੁਰਮਨੀਤ ਮਾਂਗੜ, ਮੇਰੇ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ, ਮੈਂ ਆ ਰਿਹਾ ਪ੍ਰਸਮਨਜੀਤ ਸਿੰਘ। ਸਵਾਲ ਇਹ ਹੈਗਾ ਮਾਂਗੜ ਸਾਹਿਬ, ਹਾਂਜੀ, ਕਿ ਜਿਹੜੇ 5 ਮੁੱਦੇ ਇਹਨਾਂ ਨੇ ਗਿਣਾਏ ਆ, ਨਸ਼ਾ, ਕਿਸਾਨ, ਮਾਫੀਆ, ਬੇਅਦਬੀ, ਰੁਜ਼ਗਾਰ ਦਾ ਸਾਰਾ ਬੇਰੁਜ਼ਗਾਰੀ ਦਾ ਮੁੱਦਾ, ਇਹ ਆਮ ਆਦਮੀ ਪਾਰਟੀ ਗਿਣਾ ਰਹੀ, ਹਾਂਜੀ, ਮੇਰਾ ਸਵਾਲ ਹੈਗਾ ਕਿ ਸੁਖਬੀਰ ਸਿੰਘ ਬਾਦਲ ਤੁਹਾਡੇ ਤੋਂ ਇਹ ਸਵਾਲ ਪੁੱਛਦੇ ਪਏ ਆ ਕਿ ਮੁੱਖ ਮੰਤਰੀ ਸਾਹਿਬ ਕਿੰਨੇ ਵਾਰੀ ਧਾਰਮਿਕ ਸਥਾਨਾਂ 'ਤੇ ਗਏ ਆ, ਇਸ ਸਵਾਲ ਦਾ ਜਵਾਬ ਦੇਣਾ ਤੁਹਾਨੂੰ ਚੰਗਾ ਲੱਗਦਾ? ਦੇਖੋ, ਕੋਈ ਕਿੰਨੇ ਵਾਰ ਧਾਰਮਿਕ ਸਥਾਨਾਂ 'ਤੇ ਜਾਂਦਾ ਹੈ ਇਹ ਉਹਦੀ ਪਰਸਨਲ ਆਸਥਾ ਦੀ ਗੱਲ ਹੈਗੀ ਹੈ, ਮੇਰੇ ਖਿਆਲ ਨਾਲ ਵੀ ਸ਼ੁਡ ਬੀ ਈਵਨ ਡਿਸਕਸਿੰਗ ਦੈਟ। ਮੈਨੂੰ ਇੱਕ ਗੱਲ ਦੱਸ ਦਿਓ ਵੀ ਜੇ ਗੁਰਦੁਆਰੇ ਮੰਦਰਾਂ ਜਾ ਕੇ ਡਿਵੈਲਪਮੈਂਟ ਹੁੰਦੀ ਅਤੇ ਅੱਜ ਹੋਸਪਿਟਲਾਂ ਦੇ ਅੱਗੇ ਕਰੋਨਾ ਵਾਇਰਸ ਦੇ ਟੈਸਟਿੰਗ ਦੀ ਉਹ ਨਹੀਂ ਲੱਗੀ ਹੁੰਦੀ? ਇਟ ਇਜ਼ ਅ ਇਰੈਲੀਵੈਂਟ ਕੁਐਸਚਨ ਦੈਟ ਇਜ਼ ਰੇਸਡ। ਯੈਸ, ਜਿਹੜੇ ਉਹ ਰੈਲੀਵੈਂਟ ਕੁਐਸਚਨ ਹੈਗੇ ਆ ਉਹਦਾ ਜਵਾਬ ਬਿਲਕੁਲ ਸਾਡੇ ਕੋਲ ਹੈ। ਬੇਅਦਬੀ ਵਾਲੇ ਮੁੱਦੇ ਦਾ ਜਵਾਬ ਤੁਸੀਂ ਦੇ ਦਿੰਦੇ ਨਾ, ਲੋਕਾਂ ਨੂੰ ਸਵਾਲ ਕਰਨਾ ਬੰਦ ਕਰ ਦਿੰਦੇ। ਮਾਂਗੜ ਸਾਹਿਬ, ਇਹ ਠੀਕ ਹੈ, ਮੈਂ ਇਸ ਨਾਲ ਸਹਿਮਤ ਰੱਖਦਾ, ਸਹਿਮਤੀ ਪ੍ਰਗਟਾਉਂਦਾ ਵੀ ਨਿੱਜੀ ਵਿਸ਼ਵਾਸ ਹੈ ਤੁਹਾਡਾ, ਤੁਸੀਂ ਕਿੰਨੀ ਵਾਰੀ ਕਿੱਥੇ ਜਾਂਦੇ ਹੋ? ਇਹ ਸਵਾਲ ਆਉਣੇ ਨਹੀਂ ਚਾਹੀਦੇ ਸੀ, ਇਹ ਸਵਾਲ ਮੈਂ ਬਹੁਤ ਹਲਕਾ ਸਵਾਲ ਹੈ, ਮੈਂ ਅਕਾਲੀ ਦਲ ਨੂੰ ਵੀ ਕਹੂੰਗਾ ਇਹ ਗੱਲ, ਪਰ ਮਾਂਗੜ ਸਾਹਿਬ ਜਿਹੜਾ ਬੇਅਦਬੀ ਦਾ ਸਵਾਲ ਪੰਜਾਬ ਨੇ ਤੁਹਾਡੇ ਅੱਗੇ ਖੜਾ ਕੀਤਾ ਸੀ, ਤੁਸੀਂ ਉਹਨਾਂ 'ਚ ਹੁਣ ਤੱਕ ਕੀ ਕਰ ਲਿਆ? KP ਜੀ, ਆਪਾਂ ਇਸ ਚੀਜ਼ 'ਤੇ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਹੀ ਤੁਹਾਡੇ ਚੈਨਲ ਦੇ ਰਾਹੀਂ, ਤੁਹਾਡੇ ਆਡੀਅੰਸ। ਮੈਂ ਤਾਂ ਵੱਖਰੀ ਡਿਬੇਟ ਵੀ ਕਰਨੀ ਹੈ, ਮੈਂ ਕਰੂੰਗਾ, ਮੈਂ ਪੂਰੀ ਟਾਈਮਲਾਈਨ ਦਊਂਗਾ ਸਾਰੀ। ਮੈਂ ਕਹਿੰਦਾ ਸਰ, ਬਿਲਕੁਲ ਐਵਰੀ ਸਿਟੀਜ਼ਨ ਆਫ ਮਤਲਬ ਦਿਸ ਸਟੇਟ ਹੈਜ਼ ਆਲ ਦੀ ਰਾਈਟ, ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਨਾਨਕ ਨਾਮ ਲੇਵਾ ਜਾਂ ਸਿੱਖ ਧਰਮ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਪੂਰਾ ਅਧਿਕਾਰ ਹੈ ਇਹ ਜਾਣਨ ਦਾ। ਅਤੇ ਟਰੱਸਟ ਮੀ, ਉਹ ਸਾਡੀ ਕੜੀ ਦੇ ਕੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਿਸੇ ਬਾਕੀਆਂ ਨੂੰ ਛੱਡੋ, ਸੁਖਬੀਰ ਸਿੰਘ ਬਾਦਲ ਨੂੰ ਛੱਡੋ, ਤੁਸੀਂ ਆਪਦੇ ਪ੍ਰਧਾਨ ਨੂੰ ਸੁਨੀਲ ਜਾਖੜ ਨੂੰ ਜਵਾਬ ਦੇ ਦਿਓ, ਉਹ ਤੁਹਾਡੇ ਤੋਂ
देखो कुछ तो उन्होंने अगले ठिठ करने वाले सवाल है कि चिर दफ्तरे गए पहला सवाल यही है तो वाकई ठिठ करने वाला है जो सरकारी एक पोस्ट हैगी चीफ मिनिस्ट्री की तो फिर उस पोस्ट के ठिठ करने वाला सवाल है प्रो समजीत सिंह मैं सवाल ना तुर पैना जी ठिठ करने वाला सवाल हैगा फिर सदन के जोड़े इन्होंने विधायक उत्थे कैप्टन साहब जफियां पाते हैं वह मतलब की है फिर उत्थे अकाली दल के विधायक होंगे आम आदमी पार्टी के विधायक होंगे बीजेपी तो देखते हैं ना वो कहते हैं मैं एमएलए इतने टाइम मिलता इन्होंने मिलना मैं आ रहा बाली साहब आ रहा तो पुराने कांग्रेसी आ रहा मतलब यह होंगे कि लोगों को यह गल समझ पैंदी है कि वाकई यार कितने गए ही नहीं किन्ने घंटे उन्होंने कहा दूसरी गल उन्होंने यह कही है कि इस तरीके टाइम जो पंजाब किन्ने गेड़े मारे पंजाब को किन्ना टाइम दिता क्योंकि जो प्रकाश सिंह बादल है वो तो संगत दर्शन लिए चले रहिंदे सी लोगों उस किस्म का वो एक राजे का तो एक जेडे पापूलर चेहरे दे कंट्रास्ट कर रहे हो कहिंदे कि असी लोगों के रहने तो ये इतने पैलेस तो बाहर नहीं अपने लोगों को भी मिलते नहीं ये गल प्रूव करनी चाहिए जिहड़ी कि लोगों पहले ही चर्चित हैगी जिहड़ी गल धर्म की गल है बिल्कुल तीजा सवाल उन्होंने किया मेरा ख्याल ये बेतुका सवाल हैगा ये एवं किसी के उत्ते थोड़ा जिहा उसनू आइसोलेट करने लई कहा गया मेरा ख्याल है कि ये तो उन्होंने ये कह के कितने किसी हद तक उन्हां दी तारीफ भी की अमरिंदर सिंह की कि मतलब तुसीं इहो जिहे सवाल जिहड़े चुकोगे उहदा कोई बहुता अर्थ नहीं है पर जिहड़ी ये गल कि वैलफेयर के किहड़े काम किए आ वो तो मेरा ख्याल किसी ने भी कोई बहुता वैलफेयर का अकाली दल ने भी तुम देखो कुछ नहीं जिहड़ियां सेंटर दियां स्कीमां जिहड़ियां पहलियां स्कीमां चलियां आदियां वो भी पूरियां नहीं 250 रुपया इत्थे बजुर्गों को पेंशन मिलती रही जिहड़ी बाद च अखीर दे विच 500 कीती सी ना 750 करनी सी वो नहीं होई 2500 रुपया जिहड़ा बेरोजगारां नूं भत्ता देना सी वो सारियां गल्लां असलीयत यह है कि मैनू जी नील गर्ग वाली गल जी है वो थोड़ी जी मैं काफ़ी लगती है कि दोवें पार्टियां जिस तरह इको सिक्के दोवें पहलू है अंगेज करना चाहते हैं अपनी डिबेट बादल ने बहुत हल्के सवाल किए कैप्टन अमरिंदर सिंह देखो मैनू लगता कि बेसिक सवाल कोई नहीं है जिथे दोवें फसद उन्होंने दोवें ने नहीं वो सवाल किया हाँ सगो रादर जे कहो तो कैप्टन साहब ने जरूर यह गल कही है पर मैनू लगता वो गलते हुण कोई भरोसा नहीं करूंगा असं ये माफिया रेत माफिया ड्रग माफिया फलाना ट्रांसपोर्ट माफिया हूँ असं करके विखा देंगे जे 3 साल नहीं किया अगले तो हूँ ताे जाने बुकते फिरते भी करके दिखाओ सानू की तुसीं करोगे वो तो इन्हों कहते फिरते हैं जुड़ गया करो कदों करो बाली साहब तुहानू पता भी सरकार ने कुछ नहीं करना गा तुसीं वार वार तां ही कहिंदे हो कोई अकाली अंदर सारी दुनिया कह रही है मैं सारा पंजाब कह रहा जेडे इल्जाम मैं उस वे कांग्रेस की पोस्ट से बैठा हुआ अगर मैं उस वे गल कही उस वे गल हुई अकाली दल के खिलाफ इन्होंने की किया हूं इन्होंने एक साल पहले यानी 8 महीने 10 महीने पहले माननीय मुख्यमंत्री जी ने पूरा हवाई सर्वेक्षण किया कि जड़ा है वे माइनिंग जो कि 90-90 फुट नहर जड़िया ने लोगों दियां पैलियां जड़िया ने वो खोद दित्तियां गईयां उस तो बाद अज तक कोई कार्रवाई हुई तो माइनिंग की अज प्रेस कॉन्फ्रेंस जी विधानसभा वर्गी सी उत्थे उन्होंने ये गल कही मैं ठोक देंगा मैं मार देंगा मैं कर देंगा मैं होन नहीं देंगा तो होंदा सारा कुछ पिया जो कुछ हो रहा बाली साहब एक सवाल कर ला बाली साहब सवाल कर ला मैं तुम्हें पूरा टाइम दे रहा अज बाली साहब एक सवाल कर ला तुम माफिया राज पंजाब दे विच मुक्या नहीं जे पिछली सरकार अमरिंदर सिंह जी विद मेरे वीर छोटे जड़ेव जी गल कर रहे ने अकाली दल ची अकाली दल चो सी अकाली दल ਤੁਸੀਂ ਕੀ ਕੀਤਾ 3 ਸਾਲ ਚ ਇੱਕ ਬੰਦਾ ਵੀ ਤੁਸੀਂ ਅੰਦਰ ਕੀਤਾ ਇੱਕ ਬੰਦਾ ਵੀ ਤੁਸੀਂ ਅੰਦਰ ਕੀਤਾ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਇੱਕ ਸਭ ਤੋਂ ਯਾਨੀ ਮਾਫੀਆ ਰਾਹੀਂ ਖਤਮ ਨਹੀਂ ਹੋਗਾ ਮਾਫੀਆ ਰਾਹੀਂ ਖਤਮ ਨਹੀਂ ਹੋਗਾ ਮੈਨੂੰ ਨਹੀਂ ਲੱਗਦਾ ਚਲੋ ਠੀਕ ਹੈ ਮੈਂ ਛੋੜਿਆ ਬ੍ਰੇਕ ਲੈਣਾ ਇੱਕ ਮੈਂ ਛੋੜਿਆ ਮੈਂ ਮੰਤਰੀ ਦੀ ਨੀਅਤ ਨਹੀਂ ਹੈਗੀ ਇੱਕ ਮੈਂ ਛੋੜਿਆ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਉਂਗਾ ਮੰਗੜ ਸਾਹਿਬ ਗਰਗ ਸਾਹਿਬ ਤੁਹਾਡੇ ਕੋਲ ਵਾਪਸ ਆ ਰਿਹਾ ਸਵਾਲ ਇਹ ਹੈਗਾ ਕਿ ਸਿਆਸੀ ਬਦਲਾਅ ਨਾਲ ਸੂਬੇ ਨੂੰ ਕੀ ਫਰਕ ਪਿਆ ਸੀ ਇਹ ਪਹਿਲਾ ਸਵਾਲ ਕੀਤਾ ਸੀਗਾ ਪਰ ਸਵਾਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਕਿਹੜੀ ਸਿਆਸਤ ਹੈ ਜਿਹੜੀ ਉਹ ਪੰਜਾਬ ਲਈ ਫਿਕਰਮੰਦ ਹੈ ਇਹ ਸਵਾਲ ਆਪਣੇ ਆਪ ਵਿੱਚ ਵੱਡਾ ਹੈ ਕਿਉਂਕਿ ਜਿਹੜੇ ਠਿੱਠ ਕਰਨ ਵਾਲੇ ਸਵਾਲ ਕੀਤੇ ਜਾ ਰਹੇ ਆ ਹਲਕੇ ਸਵਾਲਾਂ ਦੀ ਪੰਜਾਬ ਵਿੱਚ ਇਸ ਵਕਤ ਜਗ੍ਹਾ ਨਹੀਂ ਹੈਗੀ ਪੰਜਾਬ ਉਸ ਦੌਰ ਵਿੱਚ ਖੜਾ ਜਿੱਥੇ ਸੰਜੀਦਗੀ ਵਾਲੀ ਚਰਚਾ ਚਾਹੀਦੀ ਹੈ ਜਿੱਥੇ ਹਾਸਾ ਮਜ਼ਾਕ ਨਹੀਂ ਚਾਹੀਦਾ ਜਿੱਥੇ ਸਵਾਲਾਂ ਦੇ ਜਵਾਬ ਚਾਹੀਦੇ ਬ੍ਰੇਕ ਤੋਂ ਵਾਪਸ ਆ ਕੇ ਮੈਂ ਤਾਂ ਸਵਾਲ ਕਰੂੰਗਾ ਜ਼ਰੂਰ ਸਵਾਲ ਇੱਕੋ ਪੁੱਛ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸਾਬਕਾ ਉਪ ਮੁੱਖ ਮੰਤਰੀ ਦੇ ਸਵਾਲਾਂ ਦਾ ਮੌਜੂਦਾ ਮੁੱਖ ਮੰਤਰੀ ਕੋਲੇ ਕੀ ਹੈ ਜਵਾਬ ਨੀਲਕਰਨ ਸਾਹਿਬ ਜੀ
की कहना चाह रहे हो? मैं ये कहना चाह रहा बेसिकली ना बहुत वधिया हुंदा जो प्रेस कॉन्फ्रेंस की सी तो आपकी एक प्राप्ति गिनाउंदे पूरा पंजाब यकीन करता 225 वादे क्या वो की सी कि एक बहुत वड्डी यानी कि उन्होंने प्राप्ति अकाली दल ने तो मीडिया के भी सवाल चुकते कहते तुहाडे जे पेशेंस चार घंटे तुसीं सुनिया उत्थे सर जवाब ले कैप्टन साहब की बहुत वड्डी प्राप्ति है असीं भी उसनूं सल्यूट करदे हां और सारा पंजाब मनदा वो की हैगा जिहड़ा माफिया का जन्मदाता अकाली दल सी चाहे वह शराब का माफिया सी चाहे रेत का माफिया चाहे ट्रांसपोर्ट का माफिया चाहे बिजली का माफिया सी चाहे माइनिंग का माफिया सी वो सारे माफिया नू टेक ओवर बड़ी बाखूबी ते खूबसूरती नाल कीता ये उन्हां दी सब तो वड्डी प्राप्ति है नंबर एक चोर मचाए शोर वाली गल है तुसीं क्वेश्चन कीता सी इहनां नू वांगड़ साहब नू कि तुसीं इहनां नू गिरफ्तार क्यों नहीं करदे हर अकाली बुलारा हर अकाली लीडर कहिंदा जे असीं कसूरवार हां सानूं तुसीं गिरफ्तार क्यों नहीं करदे तुसीं थोड़ा इहदे पिछोकड़ दे विच जाओ जदों जगदीश भोले ने किसी का नाम लिया सी उस वक्त CBI की इनकुआरी पूरी कांग्रेस मंग रही थी तो उस वक्त जिहड़ा हैगा कैप्टन अमरिंदर सिंह ने कहा कि नहीं जिहड़ी पंजाब पुलिस काबिल हैगी सानू CBI की इनकुआरी की जरूरत नहीं और उही सरकार जाते जाते लुधियाना सिटी स्कैम सी प्रताप सिंह बाजवा ने CBI की जांच की मांग की जगमीत सिंह बराड़ ने की जगमीत सिंह बराड़ इन्हें पार्टी चले गए वापस मेरा सवाल निर्गल साहब आपदे आपदे वाले पासे भी सानू देखना पऊगा कि असी केड़े सवाल कीते सी केड़े सवालों तो बच गए जिहड़ा तुसी सवाल कीता मैं ओदा भी जवाब देना ये जिहड़ा सवाल है इहदा भी जवाब काली ना करया करो फिर अपने वेली ना फिर टाइम सारा काली करनी पऊगी नहीं काली ना करो काली करनी पैणी हुण 3 साल हो गए तुहानूं सुणदे नूं सारयां नूं जिहड़ा हैगा उस तों बाद जे अज तुसी देखो जे 2 सालां बाद भी STF दी रिपोर्ट नहीं खुलदी जिहड़ी हाई कोर्ट दे विच पेंडिंग पई हैगी है नशियां दी ते ओहदे लई कौण जिम्मेवार हैगा कि ओहदे लई आम आदमी पार्टी जिम्मेवार हैगी है तुसी सानूं जिहड़े पोस्टरां दी गल करदे हो असी अज भी उस मानहानि का मुकदमा जो संजय सिंह जी है उसनों फेस कर रहे हैं असं जो जिस चीज़ की गल कर रहे हो इन्हों की मिली भुगत करके जो सरकार आई होंगी जी अज कह रहे ना उन्होंने चैलेंज कर देने पूरी कर दे 2022 च आम आदमी पार्टी इन्हों इच्छा पूरी कर दूगी ठीक ठीक सवाल सिंपल है ਤੁਹਾਡੀ ਮਿਲੀ ਭੁਗਤਾ ਦੋਨਾਂ ਦੀ ਇਸ ਕਰਕੇ ਤੁਸੀਂ ਇੱਕ ਦੂਜੇ ਨੂੰ ਲਲਕਾਰੇ ਮਾਰਦੇ ਹੋ ਫੜ ਲਓ ਜੇ ਫੜਨਾ ਤਾਂ ਤੇ ਦੇਖੋ ਮੇਰੀ ਗੱਲ ਸੁਣੋ ਇਹ ਕਦੀ ਵੀ ਕੋਈ ਇਹੋ ਜਿਹੀ ਮਿਲੀ ਭੁਗਤਾ ਲੈ ਵਜੇ ਲਲਕਾਰਾ ਨਹੀਂ ਮਾਰਦੇ ਚੁੱਪ ਕਰਕੇ ਘਰ ਬਹਿ ਜਾਂਦਾ ਲਲਕਾਰੇ ਕਦੇ ਉਸਤੇ ਮਾਰਨੇ ਨਹੀਂ ਸੀ ਲਲਕਾਰੇ ਤਾਂ ਮਾਰਦੇ ਆ ਕਿ ਝੂਠੀ ਸਰਕਾਰ ਜਿਹੜੀ ਹੈਗੀ 36 ਮਹੀਨਿਆਂ ਦੀ ਸਰਕਾਰ ਬੇਬਸੀ ਸਰਕਾਰ ਜਿਹਦੇ ਅੰਦਰ ਕੋਈ ਹੈ ਹੀ ਨਹੀਂ ਇਹੋ ਜੀ ਗੱਲ ਦੂਸਰੀ ਗੱਲ ਬੇਬਸੀ ਬੇਬਸੀ ਸਰ ਮੇਰੀ ਗੱਲ ਹਾਂ ਬੇਬਸੀ ਕਹਿੰਦੇ ਅੱਗੇ ਆ ਬੇਹਰਵਾਸੀ ਬੇਬਸੀ ਆਪਣੇ ਅੱਗੇ ਹੀ ਹੈ ਕੋਈ ਕੰਮ ਕਰਨਾ ਹੀ ਕੋਈ ਨਹੀਂ ਦਲਦਾ ਹੋਇਆ ਵੀ 3 ਸਾਲ ਚ ਕੰਮ ਕਿਹੜਾ ਕੀਤਾ ਉਪਲਬਧੀ ਕਰਾਓ ਤੁਸੀਂ ਕੀ ਕੰਮ ਕੀਤਾ ਦੂਸਰੀ ਗੱਲ ਜਿਹੜੀ ਕਹਿੰਦੇ ਨੇ ਮੇਰੇ ਵੀਰ ਗਰਗ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਆਪਾਂ ਪਲੇਟਫਾਰਮ ਤੇ ਬੈਠੇ ਆ ਪਾਰਟੀ ਦੇ ਮੇਰੇ ਵੀਰ ਨੇ ਬੜੀ ਦੇਰ ਤੋਂ ਆ ਰਹੇ ਆ ਮਾਫੀ ਕਿਉਂ ਮੰਗੀ ਸੀ ਅਕਾਲੀ ਦਲ ਤੋਂ ਤੁਹਾਨੂੰ ਕਹਿੰਦੇ ਕਿਹਾ ਸੀ ਵਿਕਰਮਜੀਤ ਸਿੰਘ ਜੀ ਜਾਂ ਸੁਖਬੀਰ ਸਿੰਘ ਬਾਦਲ ਕੋਲ ਮਾਫੀ ਹੋਈ ਤੁਹਾਡੇ ਤੇ ਕਹਿੰਦੇ ਬੰਦੂਕ ਰੱਖਤੀ ਸੀ ਤੁਸੀਂ ਝੂਠੇ ਸੀ ਤੁਸੀਂ ਝੂਠੀ ਗੱਲ ਕੀਤੀ ਇਹ ਅਸੀਂ ਉਸ ਵੇਲੇ ਕਾਂਗਰਸ ਚ ਬਾਲੀ ਸਾਹਿਬ ਬਾਲੀ ਸਾਹਿਬ ਬਾਲੀ ਸਾਹਿਬ ਬਾਲੀ ਸਾਹਿਬ ਬਾਲੀ ਸਾਹਿਬ ਜੇ ਉਹਨਾਂ ਨੇ ਇੱਕ ਮਿੰਟ ਬਾਲੀ ਸਾਹਿਬ ਬਾਲੀ ਸਾਹਿਬ ਜੇ ਉਹਨਾਂ ਨੇ ਇੱਕ ਮਿੰਟ ਬਾਲੀ ਸਾਹਿਬ ਸਮਝ ਬਾਲੀ ਸਾਹਿਬ ਵੀ ਮਾਫੀ ਮੰਗੀ ਬਾਲੀ ਸਾਹਿਬ ਜੇ ਉਹ ਝੂਠੇ ਸੀ ਜੇ ਉਹਨਾਂ ਨੇ ਮਾਫੀ ਮੰਗ ਲਈ ਉਹ ਇਹਨਾਂ ਤੁਹਾਨੂੰ ਕਲੀਨ ਚਿੱਟ ਤਾਂ ਨਹੀਂ ਮਿਲ ਗਈ ਤੇ ਫਿਰ ਇਹਨਾਂ ਨੂੰ ਨਹੀਂ ਹੁਣ ਬੋਲਣਾ ਨਹੀਂ ਚਾਹੀਦਾ ਫਿਰ ਉਹ ਠੀਕ ਹੈ ਤੁਹਾਡਾ ਆਰਗੂਮੈਂਟ ਠੀਕ ਹੈ ਤੁਹਾਡਾ ਆਰਗੂਮੈਂਟ ਠੀਕ ਹੈ ਪਰ ਇਹ ਨਾ ਕੋਈ ਤੁਹਾਨੂੰ ਕਲੀਨ ਚਿੱਟ ਥੋੜੀ ਮਿਲ ਗਈ ਨਾ ਤੁਹਾਨੂੰ ਕਲੀਨ ਜੇ ਇਹਨਾਂ ਨੇ ਮਾਫੀ ਮੰਗੀ ਹੈ ਇਹਦਾ ਮਤਲਬ ਇਟ ਮੀਨ ਸਮਥਿੰਗ ਵੀ ਇਹ ਚੀਜ਼ ਨਹੀਂ ਹੈਗੀ ਠੀਕ ਹੈ ਮੰਗੜ ਸਾਹਿਬ ਫਿਰ ਮਾਫੀ ਨਾ ਮੰਗਦੇ ਇਹ ਮੰਗੜ ਸਾਹਿਬ ਤੁਹਾਨੂੰ ਸਿੱਧਾ ਚੈਲੰਜ ਕਰਤਾ ਹੁਣ ਮਾਫੀ ਤੁਸੀਂ ਹੀ ਮੰਗਣੀ ਇਹਨਾਂ ਤੋਂ KP ਜੀ ਮੈਂ ਉਹ ਤੁਹਾਨੂੰ ਵਾਰ-ਵਾਰ ਚੈਲੰਜ ਕਰੀ ਜਾਂਦੇ ਆ ਪੰਜਾਬ ਦੇ ਚੈਲੰਜ ਵੱਖਰੇ ਉਹਨਾਂ ਦੇ ਚੈਲੰਜ ਵੱਖਰੇ ਆ ਮੇਰੀ ਪਲੀਜ਼ ਮੇਰੀ ਅੱਜ ਸੁਣ ਲਓ ਗੱਲ ਹੈ ਵੀ ਵਾਲੀ ਸਾਹਿਬ ਨੇ ਬੜੀ ਲਿਸਟ ਗਣਾਤੀ ਸਕੂਲ ਬੰਦ ਕਰਤੇ ਇਹ ਕਰਤੇ ਉਹ ਕਰਤੇ ਵਾਲੀ ਸਾਹਿਬ ਬੋਲਣਗੇ ਨਾ ਜਿੱਥੇ ਝੂਠ ਬੋਲਦੇ ਹੋ ਤੁਸੀਂ ਐ ਕਰਦੇ ਹੋ ਠੀਕ ਹੈ ਲੋਕ ਸਮਝ ਜਾਣਗੇ
करजा जेड़ा गन्ने दी पेमेंट खड़ी है ਉਹ ਦੱਸ ਦਿਓ ਵੀ ਕਦੋਂ ਦੀ ਖੜੀ ਹੈ ਠੀਕ ਹੈ ਕੌਣ ਛੱਡ ਕੇ ਗਿਆ ਸੀ ਦੱਸੋ ਆਪਦੇ ਚਲੋ ਚਲੋ ਦੱਸਾਂ ਠੀਕ ਹੈ ਦੱਸਾਂ 300 ਕਰੋੜ ਦੇ ਕਰੀਬ ਸੀਗੀ ਤੇ ਹੁਣ ਸਿਰਫ ਮੇਰੇ ਖਿਆਲ ਨਾਲ 70-80 ਕਰੋੜ ਰੁਪਇਆ ਲੈ ਗਈ ਹੈ ਹੌਲੀ ਹੌਲੀ ਲਾ ਰਹੇ ਆ ਠੀਕ ਹੈ ਤੁਸੀਂ ਬਿਜਲੀ ਬੋਰਡ ਦੇ ਬਕਾਏ ਦੀ ਵੀ ਗੱਲ ਕੀਤੀ ਹੈ ਵੀ ਛੱਡ ਕੇ ਗਏ ਸੀ ਬਿਲਕੁਲ ਇੱਕ ਮਿੰਟ ਮੇਰਾ ਸਵਾਲ ਮੈਂ ਸਵਾਲ ਲੈ ਲਓ ਇੱਕ ਇਹਨਾਂ ਨੇ ਸਵਾਲ ਕੀਤਾ ਮੈਂ ਬਾਕੀ ਸਵਾਲ ਨਹੀਂ ਲੈ ਰਿਹਾ ਮੈਂ ਇੱਕ ਸਵਾਲ ਇਹਨਾਂ ਨੇ ਜਿਹੜਾ ਕੀਤਾ ਕੋਈ ਇੱਕ ਵਿਕਾਸ ਯੋਜਨਾ ਦੱਸ ਦਿਓ ਤੁਸੀਂ ਜਿਹੜੀ ਤੁਸੀਂ ਸ਼ੁਰੂ ਕੀਤੀ ਹੋਵੇ ਉਹ ਦੱਸ ਦਿਓ ਕਿਰਪਾ ਕਰਕੇ ਕੇ ਪੀ ਜੀ ਐਂ ਹੈ ਵਿਕਾਸ ਯੋਜਨਾਵਾਂ ਬਹੁਤ ਕੀਤੀਆਂ ਠੀਕ ਸਰ ਇੱਕ ਗਿਣਾ ਦਿਓ ਕੋਈ ਇੱਕ ਗਿਣਾ ਦਿਓ ਉਹਨਾਂ ਦਾ ਸਵਾਲ ਕੀਤਾ ਹੁਣ ਜਵਾਬ ਤਾਂ ਲੈਣਾ ਪੈਂਦਾ ਨਾ ਵਿਰੋਧੀ ਤੇਰਾ ਉਹ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਆ ਜੀ ਵਿਕਾਸ ਯੋਜਨਾ ਸਰ ਪੁੱਛੀ ਹੈ ਵਿਕਾਸ ਯੋਜਨਾ ਕੇ ਪੀ ਜੀ ਤੇ ਵਿਕਾਸ ਯੋਜਨਾਵਾਂ ਇਹੀ ਨਹੀਂ ਵਿਕਾਸ ਯੋਜਨਾ ਪ੍ਰੋਜੈਕਟ ਕਿਹੜਾ ਹੁੰਦਾ ਸਰ ਇਦਾਂ ਨਾ ਕਰੋ ਮੰਗਰ ਸਾਹਿਬ ਆਪਾਂ ਸਾਡੇ ਦਰਸ਼ਕ ਬੜੇ ਸਿਆਣੇ ਆ ਉਹਨਾਂ ਨੂੰ ਤੁਸੀਂ ਗੁੰਮਰਾਹ ਨਹੀਂ ਕਰ ਸਕਦੇ ਬਹੁਤ ਸਿਆਣੇ ਪਤਾ ਹੈ ਰਸਮਜੀਤ ਸਿੰਘ ਕੋਈ ਇੱਕ ਵਿਕਾਸ ਯੋਜਨਾ ਤੁਸੀਂ ਦੱਸ ਸਕਦੇ ਹੋ ਨਹੀਂ ਕੋਈ ਨਵੀਂ ਨਹੀਂ ਮੈਨੂੰ ਤਾਂ ਲੱਗਦਾ ਇਹ ਪੁਰਾਣੀਆਂ ਹੀ ਨਹੀਂ ਚੱਲ ਰਹੀਆਂ ਨਾ ਇਹ ਦੇਖੋ ਉਹਦੇ 'ਚ ਕੁਝ ਤਾਂ ਸੈਂਟਰ ਦੀ ਵੀ ਬਦਮਾਸ਼ੀ ਹੈਗੀ ਉਹਦੇ 'ਚ ਇਹ ਆ ਕਿ ਪਹਿਲਾਂ ਉਹ 90-10 ਦਾ ਜਿਹੜਾ ਸਾਰਾ ਪ੍ਰਪੋਰਸ਼ਨ ਸੀ ਬਹੁਤ ਸਾਰੀਆਂ ਸਕੀਮਾਂ ਦਾ ਜਿਹੜੀ ਹੁਣ 60-40 'ਤੇ ਲੈਣ ਦਾ ਉਹਦੇ ਕਰਕੇ ਸਟੇਟਾਂ ਕੋਲ ਇੰਨੇ ਪੈਸੇ ਨਹੀਂ ਹੋਣ ਕਰਕੇ ਉਹ ਵੀ ਕੰਮ ਡਾਵਾਂਡੋਲ ਹੋ ਰਿਹਾ ਇਹੀ ਮਨਰੇਗਾ ਦਾ ਹਾਲ ਹੈ ਕਿ ਉਹ ਵੀ ਉੱਥੋਂ ਵੀ ਪੈਰ ਖਿੱਚਣੇ ਆ ਪੈਸੇ ਵੀ ਉਹਨਾਂ ਨੇ ਸੈਂਟਰ ਨੇ ਐਤਕੀ ਮਨਰੇਗਾ ਦੇ ਵਿੱਚ ਘੱਟ ਰੱਖੇ ਆ ਪਰ ਜਿਹੜੀਆਂ ਸਟੇਟਾਂ ਦੀ ਵੀ ਬੜੀ ਖਾਮੀ ਹੈਗੀ ਆ ਤੇ ਉਹ ਰੈਜ਼ੋਲੂਸ਼ਨ ਹੀ ਨਹੀਂ ਪਾ ਕੇ ਭੇਜਦੀਆਂ ਇਸ ਕਰਕੇ ਜਿਹੜੀਆਂ ਪਹਿਲੀਆਂ ਸਕੀਮਾਂ ਚੱਲੀਆਂ ਆਉਂਦੀਆਂ 10 ਸਾਲ ਪੁਰਾਣੀਆਂ ਜਾਂ 15 ਸਾਲ ਪੁਰਾਣੀਆਂ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਕੱਲ੍ਹ ਬੱਚਿਆਂ ਨੂੰ ਦਲਿਤ ਬੱਚਿਆਂ ਨੂੰ ਪ੍ਰੈਸ ਕਾਨਫਰੰਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਚੇਤਾਵਨੀ ਦਿੱਤੀ ਪਈ ਕਿ ਦੇਣੀ ਪਈ ਕਿ ਸਾਡੀਆਂ ਡਿਗਰੀਆਂ ਦੇ ਦਿਓ ਕਿਉਂਕਿ ਅਸੀਂ ਸਾਡੇ ਸਕਾਲਰਸ਼ਿਪ ਨਹੀਂ ਮਿਲੇ ਕਿਉਂਕਿ ਅਸੀਂ ਫੀਸਾਂ ਨਹੀਂ ਦੇ ਪਾਏ ਇਸ ਕਰਕੇ ਤੁਸੀਂ ਸਾਨੂੰ ਡਿਗਰੀਆਂ ਨਹੀਂ ਦੇਣਾ ਚਾਹੁੰਦੇ ਇਹ ਤਾਂ ਇੱਕ ਬੰਧੂਆ ਮਜ਼ਦੂਰਾਂ ਵਾਲੀ ਗੱਲ ਹੋ ਗਈ ਕਿ ਦਲਿਤਾਂ ਨੂੰ ਅੱਜ ਵੀ ਤੁਸੀਂ ਮਜ਼ਦੂਰ ਬੰਧੂਆ ਰੱਖੋਗੇ ਸਕਾਲਰਸ਼ਿਪ ਦਾ ਤੁਸੀਂ ਗੱਲ ਕਰਦੇ ਹੋ ਰਸਮਜੀਤ ਬਿਲਕੁਲ ਇਹ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਵੀ ਰੋਲਾ ਪਿਆ ਸੀਗਾ ਪਿਆ ਸੀਗਾ ਉਦੋਂ ਤੁਸੀਂ ਨਹੀਂ ਦਿੱਤਾ ਜਾ ਰਿਹਾ ਸੀਗਾ ਵੀ ਤੁਸੀਂ ਕਿੱਥੇ ਵਰਤੇ ਪੈਸੇ ਕਿੱਥੇ ਫੰਡਦੇ ਰਹੇ ਉਦੋਂ ਸਾਂਪਲਾ ਸਾਹਿਬ ਪੁੱਛਦੇ ਰਹੇ ਉਹਨਾਂ ਤੋਂ ਸਾਂਪਲਾ ਸਾਹਿਬ ਮਿਨਿਸਟਰ ਸੀ ਉਦੋਂ ਐਮਓਐਸ ਸੀਗੇ ਯਾਦ ਹੋਗਾ ਰਸਮਜੀਤ ਸਰ ਬਿਲਕੁਲ ਗੱਲ ਠੀਕ ਹੈ ਰੋਲਾ 5-6 ਸਾਲ ਦਾ ਹੈਗਾ ਹੈ ਉਦੋਂ ਵੀ ਸੀਗਾ ਪਰ 3 ਸਾਲ ਦਾ ਪੀਰੀਅਡ ਬਹੁਤ ਹੈ ਸਰ ਬਦਲਿਆ ਕਿ ਮੇਰਾ ਸਵਾਲ ਤੇ ਇਹ ਗੰਨਾ ਕਾਸ਼ਤ ਕਰਾਂ ਲਈ ਗੰਨਾ ਕਾਸ਼ਤ ਕਰੇ ਬਕਾਇਆ ਉਹ ਖੜਾ ਹੈ ਠੀਕ ਹੈ ਦਲਤਾਂ ਦੇ ਗਰੀਬਾਂ ਦਾ ਵਜ਼ੀਫਾ ਉਹ ਖੜਾ ਹੈ ਤੇ ਉਹਨਾਂ ਨੂੰ ਬੇਜ਼ਮੀਨੇ ਕਿਸਾਨ ਆ ਜਿਹੜੇ ਉਹ ਬੇਜ਼ਮੀਨੇ ਮਜ਼ਦੂਰ ਆ ਉਹ ਰੋਂਦੇ ਫਿਰਦੇ ਆ ਇੱਕ ਸਕੀਮ ਜ਼ਰੂਰ ਲੈ ਕੇ ਆਏ ਆ ਉਹ ਸਕੀਮ ਕਿਹੜੀ ਲੈ ਆਏ ਆ ਕਿ ਜਿਹੜੀ ਸ਼ਾਮਲਾ ਜਗ੍ਹਾ ਆ ਉਹ ਕਾਰਪੋਰੇਟਾਂ ਨੂੰ ਕਿਵੇਂ ਦੇਣੀਆਂ ਇਹ ਤੇ ਕਿੰਨੀ ਪਾਪ ਵਾਲੀ ਗੱਲ ਆ ਮੇਰਾ ਖਿਆਲ ਇਹ ਤੇ ਤੁਰੰਤ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਆ ਇਹ ਨਵੀਂ ਸਕੀਮ ਜ਼ਰੂਰ ਲੈ ਕੇ ਆਏ ਆ ਮੇਰੇ ਵੱਲੋਂ ਤੇ ਮੰਗਰ ਸਾਹਿਬ ਰੁਕ ਜਾਓ ਨਾ ਇੱਕ ਮਿੰਟ ਆਮ ਆਦਮੀ ਪਾਰਟੀ ਨੂੰ ਟਾਈਮ ਦੇਣਾ ਹਾਂਜੀ ਮੈਨੂੰ ਤਾਂ ਦਿੱਤੇ ਹੀ ਨਹੀਂ ਚਲੋ ਕੋਈ ਗੱਲ ਨਹੀਂ ਨੀਲਕਰ ਸਾਹਿਬ ਤੁਸੀਂ ਸਾਰਿਆਂ ਦੇ ਆਰਗੂਮੈਂਟ ਸੁਣੀ ਜਾਂਦੇ ਹੋ ਗਰਗ ਸਾਹਿਬ ਇੱਕ ਬਿਜਲੀ ਦਾ ਮੁੱਦਾ ਬਹੁਤ ਵੱਡਾ ਪੰਜਾਬ ਬਿਜਲੀ ਦੇ ਮੁੱਦੇ ਤੇ ਦੋਨੋਂ ਪਾਰਟੀਆਂ ਕਿਹੜੀ ਗੇਮ ਖੇਡਦੀਆਂ ਪਈਆਂ ਇੱਕ ਨਾ ਪੰਜਾਬੀ ਚ ਕਹਾਵਤ ਹੈ ਭਾਲ ਦਿਓ ਕੱਟਿਆਂ ਘਰ ਲੱਸੀ ਉਹ ਹਾਲ ਇਹਨਾਂ ਦਾ ਹੈਗਾ ਦੋਨੋਂ ਪਾਰਟੀਆਂ ਕਿੱਦਾਂ ਮਿਲੀਆਂ ਹੋਈਆਂ ਨੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕੈਪਟਨ ਸਾਹਿਬ ਆਏ ਸੀ ਪਹਿਲੇ ਰਜੀਮ ਦੇ ਵਿੱਚ ਠੀਕ ਹੈ ਨਾ ਇਹ ਜਿਹੜੇ ਸਮਝੌਤੇ ਹੋਣੇ ਸੀ BOT ਦੇ ਮੁਤਾਬਕ ਹੋਣੇ ਸੀ ਬਿਲਟ ਐਂਡ ਟ੍ਰਾਂਸਫਰ ਠੀਕ ਹੈ ਨਾ ਇਹਨਾਂ ਨੇ ਕੀ ਕੀਤਾ BO ਦੇ ਵਿੱਚ ਕਨਵਰਟ ਕੀਤਾ ਪਹਿਲੇ ਗੱਲ ਤਾਂ ਉਸਨੂੰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਆਈ ਜਿਹੜੇ ਸਮਝੌਤੇ ਕੀਤੇ ਉਸ ਸਮਝੌਤੇ ਦੇ ਵਿੱਚ ਜਿਹੜੀ ਹੈਗੀ ਅਕਾਲੀ ਦਲ ਦੀ ਸਰਕਾਰ ਨੇ ਇਸ ਤਰੀਕੇ ਦੇ ਸਮਝੌਤੇ ਕੀਤੇ ਜਿਹੜੇ ਕਿ ਪੰਜਾਬ ਦੇ ਖਿਲਾਫ ਚਲੇ ਜਾਂਦੇ ਸੀ ਕਿ ਉਹ 25,000 ਰੁਪਏ ਦੀ ਉਸ ਟਾਈਮ ਦੀ ਇਨਵੈਸਟਮੈਂਟ ਸੀ ਇਹਨਾਂ ਨੇ ਕਿਹਾ ਗਿਆ ਸੀ ਕਿ ਸਾਡੇ ਕੋਲ 25,000 ਰੁਪਏ ਇਨਵੈਸਟਮੈਂਟ ਨਹੀਂ ਹੈਗੀ 25,000 ਕਰੋੜ ਰੁਪਏ ਠੀਕ ਹੈ ਕਿ ਨਹੀਂ ਹਾਲਾਂਕਿ ਉਸ ਵਕਤ 7,500 ਕਰੋੜ ਰੁਪਏ ਆਪਾਂ ਬਠਿੰਡੇ ਵਾਲੇ ਥਰਮਲ ਪਲਾਂਟ 'ਤੇ ਲਗਾ ਕੇ ਉਹ ਇਹਨਾਂ ਨੂੰ ਸ਼ਟਡਾਊਨ ਕਰ ਇਹਨਾਂ ਨੇ ਸ਼ੁਰੂਆਤ ਕੀਤੀ ਅਤੇ ਕਾਂਗਰਸ ਨੇ ਉਸ ਨੂੰ ਬੰਦ ਕੀਤਾ ਲੇਕਿਨ ਅੱਜ ਤੱਕ ਅਸੀਂ 41,000 ਕਰੋੜ ਰੁਪਏ ਦੀ ਬਿਜਲੀ ਖਰੀਦ ਚੁੱਕੇ ਹਾਂ ਔਰ ਸਮਝੌਤਿਆਂ ਦੇ ਮੁਤਾਬਕ 25 ਸਾਲ ਦੀ ਟਰਮ ਦੇ ਵਿੱਚ ਤਕਰੀਬਨ 82,000 ਕਰੋੜ ਰੁਪਇਆ ਅਸੀਂ ਐਜ ਏ ਫਿਕਸ ਚਾਰਜ ਇਹਨਾਂ ਨੂੰ ਦੇਵਾਂਗੇ ਔਰ ਉਸ ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਉਸੇ ਵਕਤ ਸਮਝੌਤੇ ਹੁੰਦੇ ਆ ਉਹ 'ਚ ਕਲੋਜ਼ ਨੰਬਰ 9 ਅਤੇ ਕਲੋਜ਼ ਨੰਬਰ 11 ਉਹ ਇਸ ਨੂੰ ਹਟਾ ਦਿੱਤਾ ਜਾਂਦਾ ਜਿਹੜਾ ਕਿ ਪੰਜਾਬ ਬਹੁਤ ਸਟੱਡੀ ਕੀਤੀ ਹੈ ਅਤੇ ਮੈਨੂੰ ਪਤਾ ਹੈ ਇਸ ਬਾਰੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਇਹ ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰ ਦੇ ਵਿਚਾਲੇ ਸਾਰਾ ਐਗਰੀਮੈਂਟ ਹੈ ਸਵਾਲ ਇਹ ਹੈਗਾ ਕੋਈ PIL ਪਾ ਸਕਦਾ ਇਸ ਮਾਮਲੇ 'ਚ
ਇਸ ਤੇ ਉੱਤੇ ਇੱਕ ਸਿੰਪਲ ਜਾਨੀ ਕਿ ਲੌਜੀਕ ਹੈਗਾ ਜਿਹੜਾ ਪੀ ਆਈ ਐਲ ਬਿਲਕੁਲ ਪੈ ਸਕਦੀ ਹੈ ਤੁਸੀਂ ਪਾ ਸਕਦੇ ਹੋ ਬਿਲਕੁਲ ਅਸੀਂ ਇਸੇ ਤੇ ਵਿਚਾਰ ਕਰ ਰਹੇ ਹਾਂ ਬਿਲਕੁਲ ਪਾਵਾਂਗੇ ਕਦੋਂ ਪਾਵਾਂਗੇ ਮੈਂ ਬਹੁਤ ਦੇਰ ਦਾ ਤੁਹਾਡੀ ਪਾਰਟੀ ਨੂੰ ਸਵਾਲ ਕਰ ਰਿਹਾ ਦੇਖੋ ਬਹੁਤ ਦੇਰ ਦਾ ਕਰ ਰਿਹਾ ਸੀ ਮੈਂ ਤਾਂ ਤੁਸੀਂ ਇਹ ਇਸ਼ੂ ਚੱਕਿਆ ਮੈਂ ਉਹਦਾ ਸਵਾਲ ਕਰ ਰਿਹਾ ਮੈਂ ਪਰਸੋਂ ਵੀ ਤੁਹਾਡੀ ਇੱਕ ਡਿਬੇਟ ਦੇਖੀ ਸੀ ਸਾਡੇ ਮਿਸਟਰ ਸਤਵੀਰ ਵਾਲੀਆ ਉਸ ਦਿਨ ਇਸ ਡਿਬੇਟ ਦੇ ਵਿੱਚ ਆਏ ਸੀ ਮਿਸਟਰ ਕਲੇਰ ਆਏ ਸੀ ਜਿਹੜੇ ਹੈਗੇ ਅਕਾਲੀ ਦਲ ਵੱਲੋਂ ਉਦੋਂ ਵੀ ਤੁਸੀਂ ਇਹ ਮੁੱਦਾ ਉੱਠਿਆ ਸੀ ਸਾਡੀ ਪਾਰਟੀ ਇਸ ਦੇ ਉੱਤੇ ਬਿਲਕੁਲ ਵਿਚਾਰ ਕਰ ਰਹੀ ਹੈ ਚਲੋ ਇਹ ਚੰਗੀ ਗੱਲ ਹੈ ਤੁਸੀਂ ਸਾਡੇ ਸਵਾਲ ਤਾਂ ਸੁਣਦੇ ਹੋ ਨਾ ਅਸੀਂ ਸਾਡੇ ਸਵਾਲ ਤਾਂ ਸੁਣਦੇ ਮੈਂ ਲੇਕਿਨ ਇੱਕ ਚੀਜ਼ ਇੱਕ ਲੌਜੀਕ ਸਿੰਪਲ ਜੀ ਗੱਲ ਹੈ ਜਦੋਂ ਜਿਹੜਾ ਹੈਗਾ ਸੂਬੇ ਨੇ ਜਿਹੜਾ ਹੈਗਾ ਇੰਟਰਸਟ ਜਿਹੜਾ ਹੈਗਾ ਆਪਣੇ ਲੋਕਾਂ ਦਾ ਦੇਖਣਾ ਹੁੰਦਾ ਜੇਕਰ ਉਹ ਇੰਟਰਸਟ ਜਿਹੜਾ ਹੈਗਾ ਸੂਬੇ ਦੇ ਇੰਟਰਸਟ ਦੇ ਖਿਲਾਫ ਹੈਗਾ ਤਾਂ ਜਿਹੜਾ ਹੈਗਾ ਸਰਕਾਰ ਕੋਈ ਵੀ ਸਟੈਂਡ ਲੈ ਸਕਦੀ ਹੈ ਠੀਕ ਹੈ ਉਹ ਇਹਨਾਂ ਸਮਝੌਤੇ ਨੂੰ ਰਿਵਿਊ ਵੀ ਕਰ ਸਕਦੀ ਹੈ ਔਰ ਰੱਦ ਵੀ ਕਰ ਸਕਦੀ ਠੀਕ ਹੈ ਇੱਕ ਛੋਟਾ ਹੋਰ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆ ਕੇ ਜਿਹੜਾ ਸਵਾਲ ਮੈਂ ਪਹਿਲਾਂ ਛੱਡ ਗਿਆ ਸੀ ਉਹ ਸਵਾਲ ਵਾਪਸ ਆ ਕੇ ਪੁੱਛੂੰਗਾ ਜ਼ਰੂਰ ਕਿ ਪੰਜਾਬ ਲਈ ਕਿਹੜੀ ਸਿਆਸਤ ਫਿਕਰਮੰਦ ਹੈਗੀ ਹੈ ਇਹ ਸਵਾਲ ਆਪਣੇ ਆਪ ਵਿੱਚ ਵੱਡਾ ਹੈਗਾ ਕਿਉਂਕਿ ਤੁਸੀਂ ਉਸ ਤੋਂ ਬਾਅਦ ਇਹਨਾਂ ਨੂੰ ਵੋਟਾਂ ਵੀ ਦੇਣੀਆਂ ਇਹਨਾਂ ਨੇ ਤੁਹਾਡੇ ਕੋਲ ਵੋਟਾਂ ਮੰਗਣ ਵੀ ਆਉਣੀਆਂ ਅਤੇ ਇਹੋ ਜਿਹੀ ਬੁੱਕਲੈਟ ਵੀ ਲੈ ਕੇ ਆ ਜਾਣਗੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਸਾਰੇ ਆਦੇ ਦੇ ਵਾਅਦੇ ਕਰਾਉਣਗੇ 10 ਸਾਲਾਂ 'ਚ ਅਸੀਂ ਕੀਤਾ ਅਤੇ 5 ਸਾਲਾਂ 'ਚ ਅਸੀਂ ਕੀਤਾ ਬ੍ਰੇਕ ਤੋਂ ਵਾਪਸ ਆ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸਾਬਕਾ ਉਪ ਮੁੱਖ ਮੰਤਰੀ ਦੇ ਸਵਾਲਾਂ ਦਾ ਮੌਜੂਦਾ ਮੁੱਖ ਮੰਤਰੀ ਕੋਲ ਕੀ ਹੈ ਜਵਾਬ ਪ੍ਰਸਮਜੀਤ ਸਿੰਘ ਮੈਂ ਆਖਰੀ ਹਿੱਸੇ ਵਿੱਚ ਹਾਂ ਅਤੇ ਆਖਰੀ ਹਿੱਸੇ ਵਿੱਚ ਅਸੀਂ ਸਿਆਸਤਦਾਨਾਂ ਨੂੰ ਸਵਾਲ ਕਰਨੇ ਹਾਂ ਮੈਂ ਉਹਨਾਂ ਕੋਲ ਸਵਾਲ ਲਿਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੂੰਗਾ ਪੰਜਾਬ ਲਈ ਕਿਹੜੀ ਸਿਆਸਤ ਫਿਕਰਮੰਦ ਹੈਗੀ ਨੀਲ ਗਰਗ ਸਾਹਿਬ ਨੇ ਇੱਕ ਗੱਲ ਬੜੀ ਇਮਾਨਦਾਰ ਨਾਲ ਸਵੀਕਾਰ ਕੀਤੀ ਹੈ ਕਿ ਅਸੀਂ ਜਿਹੜੇ ਸਵਾਲ ਸਾਡੇ ਤੋਂ ਕੀਤੇ ਜਾ ਰਹੇ ਜੋ ਪ੍ਰੈਸ ਕਰ ਰਹੀ ਹੈ ਚਾਹੇ ਲੋਕ ਕਰ ਰਹੇ ਆ ਉਹਨਾਂ ਸਵਾਲਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਅਸੀਂ ਪ੍ਰਸਮਜੀਤ ਸਿੰਘ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਨੂੰ ਨੰਬਰ ਦੇ ਦਿਓ ਤੁਸੀਂ ਨਹੀਂ ਨਹੀਂ ਉਹ ਠੀਕ ਹੈ ਗੱਲ ਠੀਕ ਹੈ ਗੱਲ ਜਿਹੜੀ ਤੁਸੀਂ ਆਰ ਟੀ ਆਈ 'ਚ ਪੁੱਛਣਾ ਚਾਹੁੰਦੇ ਹੋ ਵੈਸੇ ਪ੍ਰਾਈਵੇਟ ਵਾਲੇ ਬਾਉਂਡ ਨਹੀਂ ਹੈ ਆਰ ਟੀ ਆਈ ਦੇ ਵਿੱਚ ਇਨਫੋਰਮੇਸ਼ਨ ਦੇਣ ਲਈ ਪਰ ਕਿਉਂਕਿ ਪੈਸੇ ਸਰਕਾਰ ਦੇ ਪੀ ਆਈ ਐਲ ਦੀ ਗੱਲ ਪੀ ਆਈ ਐਲ ਤਾਂ ਹੈ ਹੀ ਹੈ ਪੀ ਆਈ ਐਲ ਤਾਂ ਤੁਸੀਂ ਕਰ ਸਕਦੇ ਹਾਂ ਈਵਨ ਆਰ ਟੀ ਆਈ ਵਿੱਚ ਵੀ ਜਿਹੜੀ ਸਰਕਾਰ ਪੈਸੇ ਉਹਨਾਂ ਨੂੰ ਦੇ ਰਹੀ ਹੈ ਜਿੰਨਾ ਉਹ ਤਾਂ ਤੁਹਾਨੂੰ ਸਰਕਾਰ ਵੱਲੋਂ ਤਾਂ ਇਨਫੋਰਮੇਸ਼ਨ ਮਿਲ ਹੀ ਸਕਦੀ ਹੈ ਉਹ ਸਾਰੀ ਡਿਟੇਲ ਤੁਹਾਡੇ ਕੋਲ ਆ ਸਕਦੀ ਹੈ ਉਹਦੇ ਬੇਸ ਦੇ ਉੱਤੇ ਤੁਸੀਂ ਵੀ ਸਰ ਉਹਨਾਂ ਕੋਲ ਡਿਟੇਲ ਹੈਗੀ ਹੈ ਸਰ ਬਿਲਕੁਲ ਉਹਨਾਂ ਕੋਲ ਸਾਰੀ ਡਿਟੇਲ ਹੈਗੀ ਹੈ ਉਹ ਸਟੱਡੀ ਕਰ ਚੁੱਕੇ ਇਸ ਮੈਟਰ ਨੂੰ ਬਿਲਕੁਲ ਪਰ ਸਵਾਲ ਇਹ ਹੈਗਾ ਇਹਨਾਂ ਵਿੱਚੋਂ ਕੋਈ ਸਿਆਸਤ ਫਿਕਰਮੰਦ ਹੈਗੀ ਹੈ ਜਾਂ ਬਿਜਲੀ ਤੇ ਰੇਤਾ ਤੇ ਡਰੱਗ ਤੇ ਸਾਰੇ ਸਿਆਸਤ ਹੀ ਕਰਦੇ ਆ ਮੇਰਾ ਸਵਾਲ ਤੇ ਹੈ ਬਿਲਕੁਲ ਮੇਰਾ ਖਿਆਲ ਹੈ ਕਿ ਦੇਖੋ ਜਿਹੜੀ ਜੇ ਕਰ ਦੇਣਗੇ ਤੇ ਅਸੀਂ ਇਹਨਾਂ ਨੂੰ ਉਸ ਗੱਲ ਦੀ ਵਧਾਈ ਵੀ ਦੇ ਦਾਂਗੇ ਜੇ ਪੀ ਆਈ ਐਲ ਪਾ ਦੇਣਗੇ ਤੇ ਪਰ ਮੇਰਾ ਖਿਆਲ ਹੈ ਕਿ ਨੰਬਰ 1 ਤੇ ਇਹ ਵਾਈਟ ਪੇਪਰ ਦੀ ਜਗ੍ਹਾ ਕਾਂਗਰਸ ਨੂੰ ਹੁਣ ਤੱਕ ਅਸੈਂਬਲੀ 'ਚ ਪਾਸ ਕਰਕੇ ਉਸ ਨੂੰ ਉਸ ਸਮਝੌਤਿਆਂ ਨੂੰ ਰਿਵਿਊ ਕਰਕੇ ਜਿੱਥੇ ਜਿਹਨੂੰ ਠੋਕਣਾ ਸੀ ਠੋਕ ਦੇਣਾ ਚਾਹੀਦਾ ਸੀ ਪਰ ਉਹਨਾਂ ਦੀ ਨੀਅਤ ਨਹੀਂ ਅਤੁਲ ਨੰਦਾ ਜਾ ਕੇ ਕੋਈ ਉਹਨੇ ਕੇਸ ਨੂੰ ਚੰਗੇ ਤਰੀਕੇ ਨਾਲ ਡਿਫੈਂਡ ਨਹੀਂ ਕੀਤਾ ਅੰਦਰੇ ਅੰਦਰੀ ਕੀ ਕਾਲੇ ਮਾਲੇ ਚੱਲ ਰਹੇ ਆ ਉਹ ਕਿਸੇ ਵੇਲੇ ਜਦੋਂ ਟਾਈਮ ਲੱਗੂਗਾ ਉਹ ਬਾਹਰ ਆ ਜਾਣਗੇ ਪਰ ਉਹ ਇਸ ਵੇਲੇ ਇਹ ਕਾਲਾ ਮਾਲਾ ਵੱਡਾ ਕਪੜਾ ਇਹਦੇ 'ਚ ਹੈਗਾ ਪਾਵਰ ਦਾ ਜਿੱਥੋਂ ਤੱਕ ਪਰ ਮੈਂ ਦੂਜੀ ਗੱਲ ਗੁੱਸਾ ਨਾ ਕਰੋ ਬਾਲੀ ਜੀ ਮੈਂ ਸੁਖਬੀਰ ਬਾਦਲ ਹੁਣਾਂ ਨੂੰ ਵੀ ਗੱਲ ਕਹਿੰਦਾ ਉਹਨਾਂ ਨੇ ਕਿੱਡੀ ਤਕੜੀ ਧੜੱਲੇ ਦੇ ਨਾਲ ਠੋਕ ਠੋਕ ਕੇ ਹਰ ਗੱਲ ਦੀਆਂ ਗੱਲਾਂ ਕੀਤੀਆਂ ਜਵਾਬ ਦਿੱਤਾ ਪਰ ਉਹ ਬੇਸਿਕ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਉਹ ਕਿਉਂ ਨਹੀਂ ਚੁਣੌਤੀ ਕਰਦੇ ਕਿਉਂ ਨਹੀਂ ਇਸ ਗੱਲ 'ਤੇ ਤੁਸੀਂ ਮਜ਼ਾਰੇ ਧਰਨੇ ਦਿੰਦੇ ਇਸ ਗੱਲ 'ਤੇ ਕਿ ਤੁਸੀਂ ਰੇਤ ਮਾਫੀਆ ਜਿਹੜਾ ਉਹਨੂੰ ਨੱਥ ਪਾਓ ਹੁਣ ਇਸ ਵੇਲੇ ਇੰਨੀ ਰੇਤ ਖੁੱਦ ਗਈ ਆ ਕਿ ਜਿਹੜੇ ਪੋਲੇ ਆ ਕਈ ਉਹਨਾਂ ਦੇ ਥੱਲਿਓਂ ਜ਼ਮੀਨ ਤੋਂ ਉੱਖੜ ਕੇ ਹਵਾ 'ਚ ਟੰਗੇ ਹੋਏ ਆ ਵੱਡੇ ਵੱਡੇ ਜਿਹੜੇ ਖੰਭੇ ਆ ਬਿਜਲੀ ਦੇ ਉਹਨਾਂ ਦੇ ਨੇੜਿਓਂ ਇੰਨੀ ਜਿਹੜੀ ਆ ਮਿੱਟੀ 'ਤੇ ਰੇਤ ਪੁੱਟ ਦਿੱਤੀ ਆ ਉਹ ਕਿਸੇ ਵੇਲੇ ਡੇ ਕੇ ਵੱਡੇ ਐਕਸੀਡੈਂਟ ਹੋ ਸਕਦੇ ਆ ਇਸ ਕਰਕੇ ਤੁਸੀਂ ਡਰੱਗ ਮਾਫੀਆ ਦਾ ਕਿਉਂ ਨਹੀਂ ਕਹਿੰਦੇ ਕਿ ਅਸੀਂ ਜੇ ਤੁਸੀਂ ਉਹਨਾਂ ਨੂੰ ਇੰਨੇ ਟਾਈਮ ਦੇ ਵਿੱਚ ਨਹੀਂ ਕਰਦੇ ਅਸੀਂ ਜੇਲ੍ਹ ਭਰੋ ਅੰਦੋਲਨ ਕਰਾਂਗੇ ਟਰਾਂਸਪੋਰਟ ਮਾਫੀਆ ਦਾ ਜੇ ਤੁਸੀਂ ਨਹੀਂ ਇੰਨੇ ਦੇਰ 'ਚ ਸਰਕਾਰ ਕਰਦੀ ਤਾਂ ਅਸੀਂ ਇੱਥੇ ਟਰਾਂਸਪੋਰਟ ਸੜਕਾਂ ਘੇਰਾਂਗੇ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੜੇ ਮੁੱਦੇ ਜਿੱਥੇ ਦੋਵੇਂ ਲੋਕੀ ਤੁਹਾਡੇ ਦੇ ਐਲੀਗੇਸ਼ਨ ਲੱਗਦੇ ਜਿਹ 'ਚ ਕਾਫੀ ਹੱਦ ਤੱਕ ਸੱਚਾਈ ਆ ਜਿਹ 'ਚ ਦੋਵਾਂ ਧਿਰਾਂ ਦੀਆਂ ਪਾਰਟੀਆਂ ਦੇ ਹਿੱਸਾ ਪੱਤੀ ਹੈਗੀ ਆ ਉਸ ਦੇ ਉੱਤੇ ਅਕਾਲੀ ਦਲ ਕਿਉਂ ਨਹੀਂ ਵੱਡੇ ਪੱਧਰ ਤੇ ਅੱਗੇ ਆ ਕੇ ਜਿਸ ਨੇ ਬਹੁਤ ਤੁਹਾਨੂੰ ਇੱਕ ਸੋਖਾ ਰਾਹ ਦਿੱਤਾ ਪਰ ਤੁਹਾਡੇ ਲਈ ਔਖਾ ਬਹੁਤ ਹੈ ਔਖਾ ਇਸ ਕਰਕੇ ਹੈ ਨਸ਼ਾ ਕਿਸਾਨ ਮਾਫੀਆ ਬੇਅਦਬੀ ਬੇਰੋਜ਼ਗਾਰੀ ਇਹਨਾਂ ਮੁੱਦਿਆਂ ਨੂੰ ਜੇ ਪੰਜ ਮੁੱਦੇ ਜਿਹੜੇ ਨੀਲ ਗਰਗ ਸਾਹਿਬ ਗਿਣਾ ਵੀ ਰਹੇ ਸੀ ਇਹਨਾਂ ਪੰਜ ਮੁੱਦਿਆਂ ਨੂੰ ਲੈ ਕੇ ਜੇ ਅਕਾਲੀ ਦਲ ਅਨਾਊਂਸ ਕਰ ਦੇਵੇ ਕਿ ਅਸੀਂ ਅੰਦੋਲਨ ਕਰਾਂਗੇ ਇਹ ਤਾਂ ਜੇਲ੍ਹ ਭਰੋ ਕਹਿ ਰਹੇ ਆ ਜੇਲ੍ਹ ਭਰੋ ਕਹਿ ਰਿਹਾ ਤੁਹਾਨੂੰ ਕਿਹੜਾ ਅੰਦੋਲਨ ਸੂਟ ਕਰਦਾ ਉਹ ਕਰ ਲਓ ਦੇਖੋ ਮੈਂ ਉਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜਿਹੜੀ ਉਹਨਾਂ ਨੇ ਗੱਲ ਕਹੀਏ ਕਿ ਆਪਾਂ ਨੂੰ ਇਹ ਮੁੱਦੇ ਵੀ ਉਠਾਉਣੇ ਚਾਹੀਦੇ ਮਗਰ ਉਹਦੇ ਨਾਲ ਨਾਲ ਪਾਰਟੀ ਪ੍ਰਵਕਤਾ ਜਿਹੜੇ ਨੇ ਇੱਕ ਰਿਸਪੋਂਸੀਬਲ ਪੋਸਟ 'ਤੇ ਬੈਠੇ ਹੁੰਦੇ ਨੇ ਰਿਸਪੋਂਸੀਬਲ ਪਾਰਟੀ ਦੇ ਬੰਦੇ ਹੁੰਦੇ ਨੇ ਉਹ ਅਗਰ ਹਰ ਮੁੱਦਾ ਇਹ ਉਠਾਉਂਦੇ ਨੇ ਜਿੱਦਾਂ ਮੈਂ ਵੀ ਅੱਜ ਉਠਾਏ ਨੇ ਅਗਰ ਅਸੀਂ ਇਹਨਾਂ ਦਾ ਸੁਝਾਅ ਵੀ ਸਾਨੂੰ ਮੰਨਣਾ ਚਾਹੀਦਾ ਕਿ ਸਾਡੇ ਮਾਨਯੋਗ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿਣ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇਹ ਗੱਲ ਕਹਿਣ ਔਰ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਜੇ ਹੁਣ ਇਹ ਇੰਨੀ ਗੱਲ ਕਹਿੰਦੇ ਨੇ ਕਿ 10 ਸਾਲ 'ਚ ਤੁਹਾਡੇ
अगर सुखबीर सिंह बादल ने नहीं वधाए उप मुख्यमंत्री ने या मुख्यमंत्री ने नहीं वधाए 5 रुपये बिजली दित्ती हैगी है ते मेरे होई गल इन्हां ने क्यों दित्ती था बाली साहब एक सवाल दा जवाब दे सकदे तुसीं मैं सवाल वैसे पहला भी किया कई बार अकाली लीडर नूं ये प्राइवेट कंपनियां सरकार नाल कोई हिस्सापति तो नहीं पाई बैठी ये पाई होए हुण इन्हां नूं पता है जिहड़ी सरकार है साडी तां सरकार ही नहीं हैगी असीं क्यों कहीए मेरी गल ठीक है सर दूसरी जिहड़ी तुसीं सारे कोई सारे इल्जाम लाया सी कोल वाशिंग दा 1450 करोड़ दा जित्थक मैनूं याद है उहदे विच तुसीं इह कह रहे सीगे वी कथित घोटाला है ਤੁਸੀਂ ਅੱਜ ਸਟੈਂਡ ਤੇ ਕਾਇਮ ਇੱਕ ਘਟਾਲਾ ਆ ਹੱਦ ਹੋ ਗਈ ਕਿੰਨੇ ਘਟਾਲੇ ਕੱਢ ਦਈਏ ਠੀਕ ਹੈ ਸਰ ਠੀਕ ਹੈ ਦੱਸੋ ਕਿੰਨੇ ਘਟਾਲੇ ਕੱਢ ਠੀਕ ਹੈ ਬਾਲੀ ਸਾਹਿਬ ਬਾਲੀ ਸਾਹਿਬ ਆ ਜਾ ਤੁਹਾਡੇ ਸਾਹਮਣੇ ਬਾਲੀ ਸਾਹਿਬ ਤੁਸੀਂ ਕੋਰਟ ਜਾ ਸਕਦੇ ਹੋ ਇਸ ਮੁੱਦੇ ਨੂੰ ਲੈ ਕੇ ਨਹੀਂ ਦੇਖੋ ਇਹ ਪ੍ਰੈਜ਼ੀਡੈਂਟ ਦਾ ਕੰਮ ਹੈ ਅੱਛਾ ਚਲੋ ਠੀਕ ਠੀਕ ਮੈਂ ਨਹੀਂ ਇਹ ਗੱਲ ਕਰਦਾ ਠੀਕ ਮੰਗੜ ਸਾਹਿਬ ਮੰਗੜ ਸਾਹਿਬ ਇਹ ਉਹ ਜਾ ਸਕਦੇ ਉਹਨਾਂ ਨੂੰ ਪਤਾ ਠੀਕ ਹੈ ਮੰਗੜ ਪ੍ਰੈਜ਼ੀਡੈਂਟ ਕਹਿ ਸਕਦਾ ਮੈਂ ਆ ਰਿਹਾ ਗਰਗ ਸਾਹਿਬ ਆਉਂਗਾ ਤੁਹਾਨੂੰ ਮੰਗੜ ਸਾਹਿਬ ਪ੍ਰਵਕਤਾ ਹੈ ਵੀ ਜੀ ਗੱਲ ਕਰੇ ਚੰਗਾ ਨਹੀਂ ਲੱਗਦਾ ਠੀਕ ਹੈ ਸਰ ਠੀਕ ਹੈ ਬਾਲੀ ਸਾਹਿਬ ਤੁਸੀਂ ਆਪਦੀ ਹੱਦ ਤੈਅ ਕੀਤੀ ਹੈ ਠੀਕ ਹੈ ਤੁਹਾਡੀ ਗੱਲ ਮੈਂ ਸਨਮਾਨ ਕਰਦਾ ਉਸ ਗੱਲ ਦਾ ਬੁਢਾਪਾ ਪੈਨਸ਼ਨ ਵਧਾ ਕੇ ਤੁਸੀਂ 2500 ਰੁਪਏ ਕਰਨੀ ਸੀ ਮੰਗੜ ਸਾਹਿਬ ਹਾਂਜੀ ਸਰ ਸਰ ਸੁਣ ਲਓ ਬੇਰੁਜ਼ਗਾਰੀ ਪੱਤਾ ਤੁਸੀਂ 2500 ਰੁਪਏ ਦੇਣਾ ਸੀ ਬਿਲਕੁਲ ਸ਼ਗਨ ਸਕੀਮ ਤੁਸੀਂ ਸਰ 51000 ਰੁਪਏ ਦੇਣਾ ਸੀ ਹਾਂਜੀ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਵਾਅਦਾ ਪੂਰਾ ਕੀਤਾ ਕੇਪੀ ਜੀ ਦੇਖੋ ਵਿਦ ਆਲ ਡਿਊ ਰਿਸਪੈਕਟ ਮੈਂ ਬਿਲਕੁਲ ਝੂਠ ਨਹੀਂ ਬੋਲੂੰਗਾ ਠੀਕ ਹੈ ਬੋਲੋਗੇ ਬੋਲਣਾ ਵੀ ਨਹੀਂ ਚਾਹੀਦਾ ਸਰ ਬਿਲਕੁਲ ਜਿਹੜੀ ਗੱਲ ਦੇਖੋ ਫੈਕਟਸ ਪੈਣਾ ਸਾਰੇ ਬਿਲਕੁਲ ਫੈਕਟਸ ਤੁਸੀਂ ਝੂਠ ਬੋਲ ਵੀ ਨਹੀਂ ਸਕਦੇ ਕੇਪੀ ਜੀ ਮੈਂ ਝੂਠ ਵੈਸੇ ਵੀ ਨਹੀਂ ਬੋਲਦਾ ਚੰਗੀ ਗੱਲ ਹੈ ਚੰਗੀ ਮੈਂ ਸਨਮਾਨ ਕਰਦਾ ਤੁਹਾਡਾ ਠੀਕ ਹੈ ਜੀ ਦੇਖੋ ਨੋ ਡਾਊਟ ਹਲੇ ਸਾਡੇ ਪ੍ਰੋਮਿਸਿਸ ਅਸੀਂ ਫੁਲਫਿਲ ਨਹੀਂ ਕਰ ਪਾ ਰਹੇ ਹਾਂ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਹਰਡਲ ਹੈਗਾ ਉਹ ਇਹ ਹੈਗਾ ਆ ਵੀ ਜਿਹੜੇ ਫਿਲਹਾਲ ਜਿਹੜੇ ਸਾਡੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਆ ਉਹ ਬੜੇ ਲਿਮਿਟਿਡ ਹੈਗੇ ਆ ਬਟ ਅਸੀਂ ਇਹਦੇ ਤੇ ਮਨਪ੍ਰੀਤ ਬਾਦਲ ਜੀ ਨੇ ਸਦਨ ਵਿੱਚ ਇਹ ਗੱਲ ਖੜੀ ਹੋ ਕੇ ਕਹੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਮੈਂ ਆਪਦੀਆਂ ਚਲਾਉਂਦਾ ਸੀਗਾ ਹੁਣ ਤੁਹਾਡੀਆਂ ਚੱਲਣਗੀਆਂ ਪਿੱਛੇ ਹੱਥ ਖੜਾ ਕਰਕੇ ਉਹਨਾਂ ਨੇ ਕਿਹਾ ਸੀ ਜੇ ਸਦਨ ਦੀ ਕਾਰਵਾਈ ਤੁਸੀਂ ਸਾਰੀ ਸੁਣਦੇ ਹੋ ਮੈਂ ਸਾਰੀ ਸੁਣਦਾ ਬਿਲਕੁਲ ਜੀ ਹਾਂ ਠੀਕ ਹੈ ਹੁਣ ਤੁਹਾਡੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਹੈਗੇ ਫੇ ਹੁਣ ਕੀ ਹੈਗਾ ਇਹਦਾ ਸਰਕਾਰ ਐਡਮਿਟ ਕਰਦੀ ਨਾ ਫਾਈਨੈਂਸ਼ੀਅਲ ਕ੍ਰਾਈਸਿਸ ਹੈਗੇ ਜੇ ਸਾਡੇ ਉਹ ਤਾਂ ਕਹਿੰਦੇ ਕੇਪੀ ਜੀ ਜੇ ਸਾਡੇ ਫਾਈਨੈਂਸ ਮਿਨਿਸਟਰ ਨੇ ਹਾਊਸ ਦੇ ਵਿੱਚ ਖੜੇ ਹੋ ਕੇ ਹੀ ਪੂਰੀ ਦਸਤਾ ਵੀ ਇੱਥੋਂ ਸਾਨੂੰ ਮਿਲਿਆ ਸੀਗਾ ਇੱਥੇ ਤੱਕ ਅਸੀਂ ਆ ਗਏ ਹਾਂ ਚਲੋ ਫਿਰ ਇਹ ਦੱਸ ਦਿਓ 2500 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦਾ ਸੀ 51000 ਤੇ ਬੇਰੁਜ਼ਗਾਰ ਬੇਰੁਜ਼ਗਾਰ ਉਹਨਾਂ ਦੀ ਵਿਚਾਰਿਆਂ ਦੀ ਗੱਲ ਨਾ ਕਰੋ ਨੌਜਵਾਨਾਂ ਦੀ ਗੱਲ ਹੀ ਨਹੀਂ ਕਰਦੇ ਅਸੀਂ ਨੌਜਵਾਨਾਂ ਬੇਰੁਜ਼ਗਾਰੀ ਪੱਤਾ ਦੇਣਾ ਸ਼ੁਰੂ ਕਰ ਦਿਓ ਨੌਕਰੀ ਨਹੀਂ ਦੇ ਸਕਦੇ ਤਾਂ ਪਲੀਜ਼ ਮੇਰੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਬਿਲਕੁਲ ਕਦੋਂ ਤੱਕ ਕਰ ਦੋਗੇ ਅਸੀਂ ਜਲਦ ਤੋਂ ਜਲਦ ਇਹ ਸਾਰੇ ਜਲਦ ਤੋਂ ਜਲਦ ਕਦੋਂ ਕੇਪੀ ਜੀ ਹੁਣ ਇਹ ਇਹ ਦੇਖੋ ਨਹੀਂ ਜੀ ਦੇਖੋ ਅਸੀਂ ਇਹਨੂੰ ਵਰਕਆਊਟ ਕਰ ਰਹੇ ਹਾਂ ਸਾਡੀ ਪੂਰੀ ਪਾਰਟੀ ਵਚਨਬੱਧ ਹੈਗੀ ਚਲੋ ਠੀਕ ਤੇ ਅਸੀਂ ਆਪਣੇ ਪ੍ਰੋਮਿਸ ਲਾਸਟ ਮਿੰਟ ਫਟਾਫਟ ਮੈਂ ਇਸ ਕਰ ਜਿਹੜਾ ਤੁਸੀਂ ਇਹਨੂੰ ਪੁੱਛਿਆ ਸ਼ਗਨ ਦਾ ਬੇਰੁਜ਼ਗਾਰੀ ਭੱਤੇ ਦਾ ਤੇ ਪੈਨਸ਼ਨ ਦਾ ਇਹ ਨਹੀਂ ਪੂਰਾ ਕਰ ਸਕਦੇ ਨਾ ਅੱਜ ਕਰ ਸਕਣ ਨਾ ਕੱਲ ਕਰ ਸਕਣ ਕਿਉਂਕਿ ਇਹਨਾਂ ਦੀ ਨੀਅਤ ਤੇ ਨੀਤੀ ਨਹੀਂ ਹੈ 25000 ਤੋਂ ਲੈ ਕੇ 35000 ਕਰੋੜ ਸਾਲਾਨਾ ਜਿਹੜਾ ਹੈਗਾ ਉਹ ਮਾਫੀਆ ਦੇ ਹੱਥਾਂ ਵਿੱਚ ਜਾ ਰਿਹਾ ਜਿਹੜਾ ਕਿ ਸਰਕਾਰੀ ਖਜ਼ਾਨੇ ਵਿੱਚ ਆਉਣਾ ਚਾਹੀਦਾ ਸੀ ਇੱਕ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਸੀ ਕਿ ਅਕਾਲੀ ਦਲ ਨੂੰ ਕਿ ਇਹ ਜਿਹੜੇ 5 ਮੁੱਦੇ ਜਿਹੜੇ ਮੈਂ ਗਿਣਾਏ ਸੀ ਉਹ ਨਸ਼ੇ ਦਾ ਕਿਸਾਨਾਂ ਦਾ ਮਾਫੀਏ ਦਾ ਬੇਅਦਬੀ ਦਾ ਤੇ ਬੇਰੁਜ਼ਗਾਰੀ ਦਾ ਉਹਦੇ ਉੱਤੇ ਇਹ ਜੇਲ੍ਹ ਭਰੋ ਅੰਦੋਲਨ ਚੱਲਣ ਇੱਕ ਤੁਸੀਂ ਸੁਣਿਆ ਨਾ ਰਾਜਨੀਤੀ ਦੇ ਵਿੱਚ ਪਰਸੈਪਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ ਔਰ ਇਹਨਾਂ ਦੀ ਪਰਸੈਪਸ਼ਨ ਉਹ ਹੈ ਹੀ ਨਹੀਂ ਜੋ ਵੀ ਕਰ ਲੈਣ ਲੋਕ ਇਹਨਾਂ ਨੂੰ ਐਕਸੈਪਟ ਕਿਉਂਕਿ ਇਹ ਤੇ ਮਾਫੀ ਦੇ ਜਨਮਦਾਤੇ ਹੈਗੇ ਆ ਨਸ਼ੇ ਲੈ ਕੇ ਆਉਣ ਵਾਲੇ ਇਹ ਕਿਸਾਨਾਂ ਦੀ ਖੁਦਕਸ਼ੀਆਂ ਇਹਨਾਂ ਦੇ ਵਕਤ ਮਾਫੀਆ ਨੂੰ ਇਹ ਲੈ ਕੇ ਆਏ ਨੇ ਬੇਅਦਬੀ ਇਹਨਾਂ ਦੇ ਮੌਕੇ ਹੋਈ ਹੈ ਬੇਰੁਜ਼ਗਾਰੀ ਇਹਨਾਂ ਦੇ ਮੌਕੇ ਹੋਈ ਹੈ ਲੋਕ ਕਿਵੇਂ ਵਿਸ਼ਵਾਸ ਕਰਦੇ ਇਹਦੇ ਲਈ ਇਮਾਨਦਾਰ ਰਾਜਨੀਤੀ ਔਰ ਉਹ ਇਮਾਨਦਾਰ ਰਾਜਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਸਿਰਫ ਅਤੇ ਸਿਰਫ ਪਾਰਟੀ ਉਹ ਦੇ ਸਕਦੀ ਹੈ ਗਰਗ ਸਰ 2025 ਦੇ ਵਿੱਚ ਲੋਕ ਮੌਕਾ ਥੋੜੀ ਤੁਸੀਂ ਇੱਕ ਮਿੰਟ ਦੇ ਦਿਓ ਜਵਾਬ ਗਰਗ ਸਰ ਤੁਸੀਂ ਥੋੜੀ ਸਲਾਹ ਲੈ ਲਓ ਤੁਸੀਂ ਆਪਦੀ ਪਾਰਟੀ ਇਕੱਠੀ ਕਰ ਲਓ ਉਸ ਤੋਂ ਬਾਅਦ ਇਮਾਨਦਾਰੀ ਦੀ ਗੱਲ ਸਾਡੀ ਪਾਰਟੀ ਬਿਲਕੁਲ ਸਰ ਮੈਨੂੰ ਸਵਾਲ ਕੀਤਾ ਸਰ ਬਿਲਕੁਲ ਜਿਹੜਾ ਹੈਗਾ ਸਾਡੀ ਪਾਰਟੀ ਇਕੱਠੀ ਹੈ ਲੋਕ ਵੀ ਸਾਡੇ ਨਾਲ ਨੇ 2022 ਦੇ ਵਿੱਚ ਜਿਹੜੇ ਇਹ ਮੁੱਦੇ ਆ ਇਹਨਾਂ ਨੂੰ ਐਡਰੈਸ ਅਸੀਂ ਕਰਾਂਗੇ ਸਰ ਪਤਾ ਕਿਉਂ ਮੈਂ ਪਤਾ ਕਿਉਂ ਕਿਹਾ ਸੀਗਾ ਗਰਗ ਸਾਹਿਬ ਅਸੀਂ ਤਾਂ ਸਮਝਦੇ ਹਾਂ ਕਿ ਤੁਸੀਂ ਹਮਦਰਦੀ ਰੱਖਦੇ ਹੋ ਇੱਕ ਅੱਛੀ ਇਮਾਨਦਾਰ ਰਾਜਨੀਤੀ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਸਰ ਬਿਜਲੀ ਤੇ ਵੀ ਤੁਹਾਡੀਆਂ ਤਾਰਾਂ ਨਿਕਲ ਜਾਂਦੀਆਂ ਵੱਖ ਵੱਖ ਉਹ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਇਮਾਨਦਾਰ ਰਾਜਨੀਤੀ ਤੇ ਹਮਦਰਦੀ ਰੱਖਦੇ ਦੇਖੋ ਹੁਣ ਇਹਨਾਂ ਨੇ ਇਲਜ਼ਾਮ ਤਾਂ ਬੜੇ ਲਾਉਂਦੇ ਬੜੀਆਂ ਵਜੀਆਂ ਨੇ ਦੇਖੋ ਕਾਂਗਰਸ ਦੀ ਬੀ ਟੀਮ ਇਹ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਦੇ ਅੰਦਰ ਇਹਨਾਂ ਦਾ ਇੱਕ ਇੱਕ MLA ਵਿਕ ਗਿਆ ਤੁਸੀਂ ਇਹ ਦੇਖੋ ਸਿਰਫ 10 MLA 20 ਉਹਨਾਂ ਨੇ ਆਪੋਜੀਸ਼ਨ 'ਚ ਦਿੱਤੇ ਇਹ ਕਹਿੰਦੇ ਨੇ ਸਾਡੀ ਕ੍ਰੈਡੀਬਿਲਟੀ ਤੁਸੀਂ ਖੜੇ ਕਿੱਥੇ ਹੋ ਹਾਂ ਜੇ ਸਾਡੇ ਕੋਲੋਂ ਕੋਈ ਗਲਤੀਆਂ ਹੋ ਗਈਆਂ ਨੇ ਮੈਂ ਤੁਹਾਡੀ ਗੱਲ ਨੂੰ ਮੰਨ ਲੈਣਾ ਟੀਵੀ 'ਚ KP ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਮੰਨ ਲੈ ਅਸੀਂ ਚਲੇ ਗਏ ਤੇ ਕਾਂਗਰਸ ਨਾਲ ਤੁਸੀਂ ਕਿਉਂ ਮਿਲ ਗਏ ਤੁਸੀਂ ਕਾਂਗਰਸ ਦੇ ਜਾ ਕੇ ਝੋਲੀ 'ਚ ਕਿਉਂ ਬਹਿ ਗਏ ਤੁਸੀਂ ਉਹਨਾਂ ਦੇ MLA ਤੁਹਾਡੇ ਟੁੱਟ ਕੇ ਕਿਉਂ ਚਲੇ ਗਏ ਤੁਸੀਂ ਕਾਂਗਰਸ ਦੇ ਇਹ ਆਪ ਵਾਲੀ ਪਾਰਟੀਆਂ ਕੋਲੋਂ ਪੈਸੇ ਕਿਉਂ ਲੈ ਲਏ ਤੁਹਾਡੇ MLA ਨੇ ਕਿਉਂ ਛੱਡ ਗਏ ਕਿਉਂ ਰਿਜ਼ਾਈਨ ਮਨਜ਼ੂਰ ਨਹੀਂ ਹੋਏ ਹੁਣ ਤੱਕ ਕਿਉਂਕਿ ਤੁਸੀਂ ਕਾਂਗਰਸ ਨਾਲ ਮਿਲੇ ਹੋਏ ਹੋ ਕਿਉਂਕਿ ਅਮਰਿੰਦਰ ਸਿੰਘ ਜਾਣਦੇ ਜਵਾਬ ਸਰ ਪੰਜਾਬ ਦੇ ਲੋਕ ਜਾਣਦੇ ਆ ਠੀਕ ਹੈ ਸਰ ਠੀਕ
ਸਿਆਣੇ ਕਹਿੰਦੇ ਆ ਤੇਲ ਦੇਖੋ ਤੇਲ ਦੀ ਧਾਰ ਦੇਖੋ, ਕੋਈ ਗੱਲ ਨੀ ਕੋਈ ਗੱਲ ਨੀ ਸਰ ਕੋਈ ਗੱਲ ਨੀ। ਠੀਕ ਹੈ, ਦੇਖੋ ਬੜੇ ਬੜਾ ਸੌਖਾ ਹੁੰਦਾ ਇਲਜ਼ਾਮ ਲਾਉਣੇ ਅਤੇ ਬੜਾ ਸੌਖਾ ਹੁੰਦਾ ਆ ਮਾਫ਼ੀਨਾਮਾ ਵੀ ਮੰਗਣਾ। ਠੀਕ ਹੈ ਜੀ, ਡਰੱਗਸ ਦੀ ਗੱਲ ਕੀਤੀ, ਡਰੱਗਸ ਦੀ ਕੇਸ ਸਾਰਾ ਨਿਪਟ ਕੇ ਹਾਈਕੋਰਟ ਦੇ ਵਿੱਚ ਪਿਆ ਆ ਪਿਛਲੇ 2 ਸਾਲ ਤੋਂ। ਬਿਲਕੁਲ, ਮੈਂ ਕਹਿ ਰਹੀ ਹੈ ਉਹ ਸਾਡੇ ਕੋਲ ਤਾਂ ਨਹੀਂ ਪਿਆ, 225 ਵਕੀਲ ਰੱਖੇ ਹੋਏ ਆ ਤੁਸੀਂ, ਕਰੋੜਾਂ ਰੁਪਏ ਦੀ ਤਨਖਾਹ ਦਿੰਦੇ ਹੋ ਪੰਜਾਬ ਦੇ ਮੈਨੇਜਰ ਦੀ। ਠੀਕ ਹੈ, ਪੰਜਾਬ ਜਿਹੜਾ ਹੈਗਾ ਮਰ ਰਿਹਾ ਹੈ, ਪੰਜਾਬ ਦੀ ਜਵਾਨੀ ਮਰ ਰਹੀ ਹੈ। ਠੀਕ ਹੈ, ਕਦੋਂ ਬਚਾਓਗੇ ਤੁਸੀਂ? ਠੀਕ ਹੈ ਨਿਰਮਲ ਸਾਹਿਬ, ਨਿਰਮਲ ਤੁਹਾਡਾ ਆਰਗੂਮੈਂਟ ਆ ਗਿਆ। ਮੰਗਰ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ, ਇਹ ਤੁਸੀਂ 3 ਸਾਲ ਦੇ ਵਿੱਚ ਤੁਹਾਡਾ ਰਿਪੋਰਟ ਦੇ ਵਿੱਚ ਪਿਆ ਤੁਸੀਂ ਕਿੰਨੇ ਬੰਦੇ ਅੰਦਰ ਕੀਤੇ, ਕਿੰਗ ਪਿੰਨ ਸ਼ਬਦ ਤੁਸੀਂ ਵਰਤਿਆ, ਬਿਗ ਫਿਸ਼ ਸ਼ਬਦ ਤੁਸੀਂ ਵਰਤਿਆ। ਹਾਂਜੀ, 3 ਸਾਲ ਦੀ ਫਾਈਂਡਿੰਗ ਵਿੱਚ ਕੀ ਸਰਕਾਰ ਨੂੰ ਕੋਈ ਪੋਲੀਟੀਕਲ ਨੈਕਸਸ ਨਜ਼ਰ ਆਇਆ ਇਸ ਪਿੱਛੇ ਡਰੱਗ ਮਾਫੀਆ? ਦੇਖੋ, ਹੋਰ ਸਾਰਾ ਕੁਝ ਉਹ ਸਿਰਫ ਸਰ ਆਇਆ ਨਜ਼ਰ ਕੀ ਨਹੀਂ ਆਇਆ 20 ਤਰੀਕ ਨੂੰ ਸਰ ਨਜ਼ਰ ਆਇਆ ਕਿ ਨਹੀਂ ਆਇਆ? ਮੈਂ ਬੜਾ ਸਿੰਪਲ ਸਵਾਲ ਕਰ ਰਿਹਾ ਤੁਹਾਨੂੰ, ਡਰੱਗ ਮਾਫੀਆ ਦੇ ਵਿੱਚ ਕੋਈ ਸਿਆਸੀ ਕਨੈਕਸ਼ਨ, ਸਿਆਸੀ ਪੁਸ਼ਤ ਪੜਾਈ ਨਜ਼ਰ ਆਈ ਜਾਂ ਨਹੀਂ? ਤੁਹਾਡਾ ਬਹੁਤ ਧੰਨਵਾਦ। ਸਿਆਸੀ ਬਦਲਾਅ ਨਾਲ ਸੂਬੇ ਨੂੰ ਕੀ ਫਰਕ ਪਿਆ ਸੀ, ਸਵਾਲ ਇਹ ਪੁੱਛਿਆ ਸੀ। 3 ਸਾਲਾਂ ਵਿੱਚ ਕਿਹੜੀ ਨਵੀਂ ਬਹਿਸ ਸ਼ੁਰੂ ਹੋਈ ਹੈ, ਤੁਸੀਂ ਦੇਖ ਰਹੇ ਹੋ ਕਿ 3 ਸਾਲਾਂ ਵਿੱਚ ਨਵੀਂ ਬਹਿਸ ਕਿਹੜੀ ਚੱਲ ਰਹੀ ਹੈ? ਸਵਾਲ ਇਹ ਹੈਗਾ ਸਰਕਾਰ ਕੋਲੋਂ ਜਵਾਬ ਮੰਗਣੇ ਚਾਹੀਦੇ ਆ, ਤੇ ਅਸੀਂ ਸਵਾਲ ਪੁੱਛਦੇ ਰਵਾਂਗੇ। ਇਹ ਇਕੱਲੇ ਅਕਾਲੀ ਦਲ ਦੇ ਸਵਾਲ ਨਹੀਂ ਹੈਗੇ, ਇਕੱਲੇ ਆਮ ਆਦਮੀ ਪਾਰਟੀ ਦੇ ਸਵਾਲ ਨਹੀਂ ਹੈਗੇ, ਨਾ ਬੀਜੇਪੀ ਦੇ ਸਵਾਲ ਹੈਗੇ ਆ, ਇਹ ਪੰਜਾਬ ਦਾ ਸਵਾਲ ਹੈ ਅਤੇ ਪੰਜਾਬ ਦਾ ਸਵਾਲ ਇੱਥੇ ਜ਼ਰੂਰ ਪੁੱਛਿਆ ਜਾਵੇਗਾ 3 ਸਾਲ ਵਿੱਚ ਕੀਤਾ ਕੀ। ਜਦੋਂ ਬਾਕੀ ਵਰ੍ਹੇ ਇਹਨਾਂ ਦੇ ਬੀਤਣਗੇ ਉਦੋਂ ਵੀ ਪੁੱਛਾਂਗੇ ਤੁਸੀਂ ਕਰਕੇ ਕੀ ਚੱਲੇ ਹੋ। ਬਹੁਤ ਧੰਨਵਾਦ।